ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜ ਪੰਨੋਦੀ ਸਤਿ ਸ਼੍ਰੀ ਅਕਾਲ ਪਰਾਨ ਹੋਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਸ ਵੇਲੇ ਸਭ ਤੋਂ ਵੱਡੀ ਚਰਚਾ ਜਿਹੜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਹੈ ਥਾਂ ਥਾਂ ਦੇ ਉੱਤੇ ਜੋ ਕੁਝ ਹੋਇਆ ਉਹ ਤੁਸੀਂ ਪੜ੍ਹ ਸੁਣ ਜਿਹੜਾ ਉਹ ਰਹੇ ਹੋਵੋਗੇ ਕਿਵੇਂ ਸ਼ਰਾਬ ਦੇ ਦਰਿਆ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚ ਵਗ ਰਹੇ ਆ ਇੱਕ ਸੂਬੇ ਤੋਂ ਨਹੀਂ ਕਈ ਸੂਬਿਆਂ ਤੋਂ ਲਿਆ ਕੇ ਸ਼ਰਾਬ ਜਿਹੜੀ ਹੈ ਜੀ ਉਹ ਢੋਈ ਜਾ ਰਹੀ ਹੈ ਔਰ ਥਾਂ-ਥਾਂ ਤੇ ਜਹਾਜ਼ ਉਤਰਦੇ ਆ ਸ਼ਾਮ ਨੂੰ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਇੰਨੇ ਔਖੇ ਆ ਜਿਹੜੇ ਚੂਣਾ ਲੜਨ ਵਾਲੇ ਉਹ ਕਹਿੰਦੇ ਸਾਡੇ ਵਾਸਤੇ ਮੁਸੀਬਤ ਇਹ ਬਣੀ ਆ ਵੀ ਜਿਆਦਾ ਪੀ ਕੇ ਲੋਕ ਗਲੀਆਂ 'ਚ ਡਿੱਗ ਪੈਂਦੇ ਆ ਜੇ ਉਹਨਾਂ ਵਿੱਚੋਂ ਕੋਈ ਮਰ ਮੁੱਕ ਗਿਆ ਤਾਂ ਫਿਰ ਉਹ ਸਾਡੇ ਸਿਰ ਪੈ ਜਾਣਾ ਇਸ ਕਰਕੇ ਹੋਮ ਡਿਲੀਵਰੀ ਸ਼ੁਰੂ ਹੋ ਗਈ ਸ਼ਰਾਬ ਦੀ ਔਰ ਜੋ ਪ੍ਰੈਕਟਿਸ ਪਿਛਲੇ ਕੁਝ ਸਾਲਾਂ ਤੋਂ ਚੱਲਦੀ ਰਹੀ ਇਹਨਾਂ ਚੋਣਾਂ ਨੂੰ ਲੈ ਕੇ ਚਾਹੇ ਉਹ ਨਗਰ ਨਿਗਮ ਦੀਆਂ ਚੋਣਾਂ ਹੋਣ ਚਾਹੇ ਉਹ ਪੰਚਾਇਤ ਦੀਆਂ ਚੋਣਾਂ ਹੋਣ ਕਿ ਜਿਸकी लाठी ਉਸकी भैंस वाली ਗੱਲ ਕਿ ਜਿਹਦੀ ਸਰਕਾਰ ਉਹਦੀ ਸਰਪੰਚੀ ਤੇ ਉਹਦੀਆਂ ਨਿਗਮ ਹੁੰਦੇ ਨੇ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲਦੀ ਆ ਕਿ ਇਹ ਜਿਹੜਾ ਬੰਦ ਹੋਣੀਆਂ ਚਾਹੀਦੀਆਂ ਨੇ ਚੋਣਾਂ ਕਿ ਪਰ ਦੂਸਰੇ ਪਾਸੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਸਰਪੰਚੀ ਹੈ ਜਿਹੜੇ ਪਿੰਡ ਦਾ ਸਰਪੰਚ ਜਿਹੜਾ ਨਹੀਂ ਹੋਣਾ ਇਹ ਡੈਮੋਕ੍ਰੇਸੀ ਦੀ ਸ਼ੁਰੂਆਤ ਹੈ ਲੋਕਤੰਤਰ ਦੇ ਸਭ ਤੋਂ ਉਹ ਇੱਕ ਤੈ ਜਿੱਥੋਂ ਸਟਾਰਟਿੰਗ ਜਿਹੜੀ ਹੁੰਦੀ ਹੈ ਔਰ ਉਸ ਜਗ੍ਹਾ ਦੇ ਉੱਤੇ ਕੀ ਕੁਝ ਹੋ ਗਿਆ ਇਹਦੇ ਬਾਰੇ ਦੇ ਵਿੱਚ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਆ ਇਸ ਵੇਲੇ ਔਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਜੀ ਉਹ ਦਾਇਰ ਕਰਨ ਵਾਲੇ ਐਡਵੋਕੇਟ ਜਿਹੜੇ ਉਹ ਸਾਡੇ ਨਾਲ ਅੱਜ ਫਾਇਰ ਲਾਈਨ ਦੇ ਵਿੱਚ ਮੌਜੂਦ ਹੋਣਗੇ ਅਸੀਂ ਸਿਰਫ ਉਸ ਜਿਹੜੀ ਉਹਨਾਂ ਨੇ ਦਾਇਰ ਕੀਤੀ ਹੈ ਪਟੀਸ਼ਨ ਉਹਦੀ ਗੱਲ ਹੀ ਨਹੀਂ ਕਰਾਂਗੇ ਬਲਕਿ ਪੰਚਾਇਤੀ ਰਾਜ ਦੀ ਗੱਲ ਕਰਾਂਗੇ ਕਿ ਪੰਚਾਇਤੀ ਰਾਜ ਕੀ ਸੀ ਕਿਵੇਂ ਇਹਦੇ ਵਿੱਚ ਅਮੈਂਡਮੈਂਟ ਜਿਹੜੀਆਂ ਹੁੰਦੀਆਂ ਗਈਆਂ ਤੇ ਅੱਜ ਕੀ ਉਹ ਸੰਵਿਧਾਨ ਦੇ ਮੁਤਾਬਕ ਜਾਂ ਜੋ ਪੰਚਾਇਤੀ ਰਾਜ ਦਾ ਇੱਕ ਮਖੌਟਾ ਜਿਹੜਾ ਸੀਗਾ ਦੀ ਉਹ ਬਣਿਆ ਹੋਇਆ ਉਹਦੇ ਉੱਤੇ ਕੋਈ ਨੇੜੇ ਤੇੜੇ ਹੈਗਾ ਉਹਦੇ ਇਹਦੇ ਬਾਰੇ ਦੇ ਵਿੱਚ ਗੱਲਬਾਤ ਕਰਨ ਦੇ ਵਾਸਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਹਰਚੰਦ ਸਿੰਘ ਬਾੜਚੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਬਹੁਤ ਮਿਹਰਬਾਨੀ ਜੀ ਬਾਤ ਸਾਬ ਪਹਿਲਾਂ ਤਾਂ ਮੈਂ ਥੋੜਾ ਜਿਹਾ ਤੁਹਾਡੇ ਤੋਂ ਜਿਹੜਾ ਦੀ ਜਾਣਨਾ ਚਾਹੁੰਨਾ ਤੁਹਾਡੀ ਪ੍ਰੈਕਟਿਸ ਦੇ ਬਾਰੇ ਦੇ ਵਿੱਚ ਕਿੰਨੇ ਕ ਦਿਨ ਤੋਂ ਤੁਸੀਂ ਪ੍ਰੈਕਟਿਸ ਦੇ ਵਿੱਚ ਹੋ ਔਰ ਕਿਵੇਂ ਚੱਲ ਚੱਲ ਰਿਹਾ ਜੀ ਸਾਰਾ ਮੈਂ ਜੀ 1985 84 ਦੇ ਵਿੱਚ ਲਾ ਕੀਤਾ ਸੀ ਆਪਣੇ ਗੁਰੂ ਨਾਨਕ ਯੂਨੀਵਰਸਿਟੀ ਤੋਂ ਤੇ ਪੱਟੀ ਦਾ ਮੇਰਾ ਏਰੀਆ ਤਰਨਤਾਰਨ ਡਿਸਟ੍ਰਿਕਟ ਹੈ ਤੇ ਉਸ ਤੋਂ ਬਾਅਦ ਜਿਹੜਾ ਵਾ ਇੱਥੇ ਪ੍ਰੈਕਟਿਸ ਸ਼ੁਰੂ ਕੀਤੀ ਚੰਡੀਗੜ੍ਹ ਦੇ ਆ ਕੇ ਕੁਝ ਸਮਾਂ ਜਿਹੜਾ ਮੈਂ ਬਾਰਵੀਰਿਆ ਯੂਨਾਈਟਿਡ ਨੇਸ਼ਨਸ ਦੇ ਨਾਲ ਜਿਹੜਾ ਉਹ ਕੰਮ ਕਰਦੇ ਰਹੇ ਸੀ ਇੱਕ ਯੂਥ ਆਰਗੇਨਾਈਜੇਸ਼ਨ ਦੇ ਵਿੱਚ ਉਸ ਤੋਂ ਬਾਅਦ ਆ ਕੇ ਹੁਣ ਮੈਂ ਲਗਾਤਾਰ ਜਿਹੜਾ ਪਿਛਲੇ ਕਰੀਬ 20 ਸਾਲ ਤੋਂ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਔਰ ਪ੍ਰੈਕਟਿਸ ਦੇ ਨਾਲ-ਨਾਲ ਜਿਹੜੇ ਸੋਸ਼ਲ ਇਸ਼ੂਜ਼ ਲੋਕਾਂ ਦੇ ਨੇ ਜਿਹੜੇ ਹਿਊਮਨ ਰਾਈਟਸ ਦੇ ਇਸ਼ੂ ਵੀ ਨੇ ਜਿਹੜੇ ਉਲੰਘਣਾ ਹੁੰਦੇ ਨੇ ਉਹਦੇ ਉੱਤੇ ਵੀ ਅਸੀਂ ਜਿਹੜਾ ਨਾਲ ਦੀ ਨਾਲ ਕੰਮ ਕਰਦੇ ਆਂ ਮੈਂ ਤੁਹਾਡੇ ਤੋਂ WhatsApp ਇਹ ਜਾਨਣਾ ਚਾਹਣਾ ਪਹਿਲਾਂ ਤਾਂ ਜਿਹੜਾ ਪੰਚਾਇਤੀ ਰਾਜ ਹੈ ਉਹ ਮੁੱਢਲੀਆਂ ਜੀਆਂ ਉਹਦੀਆਂ ਜੜੀਆਂ ਕੁਝ ਚੀਜ਼ਾਂ ਜੜੀਆਂ ਦੀ ਉਹ ਕੀ ਨੇ ਕਿਉਂਕਿ ਪੰਚਾਇਤੀ ਰਾਜ ਆਪਣੇ ਆਪ ਦੇ ਵਿੱਚ ਇਹ ਲਫ਼ਜ਼ ਹੀ ਬਹੁਤ ਵੱਡਾ ਹੈ ਜੀ ਬਹੁਤ ਪੂਰਾ ਲਫ਼ਜ਼ ਹੈ ਇੱਕ ਕਿਸਮ ਦੇ ਨਾਲ ਜਦੋਂ ਮੈਂ ਕਿਹਾ ਕਿ ਨੀਂਹ ਜਿਹੜੀ ਹੁੰਦੀ ਆ ਜੇ ਨੀਂਹ ਮਜ਼ਬੂਤ ਆ ਤੇ ਉਹਦੇ ਉੱਤੇ ਘਰ ਜਿਹੜਾ ਚੰਗਾ ਉੱਸਰਦਾ ਇਸ ਕਰਕੇ ਇਹ ਲੋਕਤੰਤਰ ਦੀ ਨੀਂਹ ਕਹੀ ਜਾਂਦੀ ਆ ਪਰ ਅੱਜ ਜੋ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਆ ਆਪਾਂ ਉਹਦੇ ਉੱਤੇ ਬਾਅਦ ਦੇ ਵਿੱਚ ਗੱਲ ਕਰਦੇ ਆ ਪੰਚਾਇਤੀ ਰਾਜ ਜਿਹੜਾ ਜੀ ਇਹ ਐਕਟ ਅਸਲ ਦੇ ਵਿੱਚ ਹੈ ਕੀ ਪੰਨੂ ਸਾਹਿਬ ਤੁਹਾਨੂੰ ਪਤਾ ਹੈ ਕਿ ਜਿਹੜੀ ਅਸੀਂ ਆਜ਼ਾਦੀ ਲਈ ਅੰਗਰੇਜ਼ਾਂ 'ਚੋਂ 200 ਸਾਲ ਤੱਕ ਲੜ ਕੇ ਉਹ ਆਜ਼ਾਦੀ ਜਿਹੜੀ ਹੈ ਸਾਡੇ ਲੋਕਾਂ ਨੇ ਕੁਰਬਾਨੀਆਂ ਦੇ ਕੇ ਫਾਂਸੀ ਦੇ ਫੰਦੇ ਚੁੱਕ ਕੇ ਆਪਣੇ ਕਾਲਾ ਪਾਣੀ ਦੇ ਵਿੱਚ ਜਿਹੜੀਆਂ ਕਈ ਦਾ ਕੱਟ ਕੇ ਔਰ ਸਾਰੀਆਂ ਕੁਰਬਾਨੀਆਂ ਕਰਕੇ ਇਹ ਆਜ਼ਾਦੀ ਸਾਡੇ ਦੇਸ਼ ਦੇ ਵਿੱਚ ਆਈ ਹੈ ਔਰ ਇਸ ਆਜ਼ਾਦੀ ਲਿਆਉਣ ਦਾ ਮਨੋਰਥ ਇਹ ਸੀ ਕਿ ਲੋਕਤੰਤਰ ਜਿਹੜੀ ਜਮਹੂਰੀਅਤ ਜਿਹੜਾ ਲੋਕਾਂ ਦਾ ਰਾਜ ਹੈ ਜਿਹੜਾ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਦਬਾਇਆ ਜਾਂਦਾ ਰਿਹਾ ਸੀ ਉਹ ਲੋਕਤੰਤਰ ਦੀ ਸਪਿਰਟ ਦੇ ਵਿੱਚ ਰਹਿ ਕੇ ਇਹੋ ਜਿਹਾ ਨਿਜਾਮ ਇੱਥੇ ਉਸਾਰਿਆ ਜਾ ਸਕੇ ਜਿਹਦੇ ਵਿੱਚ ਲੋਕਾਂ ਦੀ ਪਾਰਟਿਸਪੇਸ਼ਨ ਲੋਕਾਂ ਦੀ ਹਿੱਸੇਦਾਰੀ ਡਾਇਰੈਕਟ ਤੌਰ ਦੇ ਉੱਤੇ ਹੋਵੇ ਇਹ ਜਦੋਂ ਸਾਡਾ ਸੰਵਿਧਾਨ ਬਣਾਇਆ ਗਿਆ ਉਸ ਵੇਲੇ ਵੀ ਇਹਦੇ ਵਿੱਚ ਇਹ ਜਿਹੜੇ ਸਾਡੇ ਸੰਵਿਧਾਨ ਦੇ ਕਾੜੇ ਸੀ ਉਹਨਾਂ ਨੇ ਪ੍ਰਵਿਝਣ ਰੱਖੀ ਉਸ ਵੇਲੇ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ ਵੀ ਸੀ ਇਕ ਅਸਰ ਵੀ ਸੀ ਸਾਡੀ ਸਾਡੀ ਆਜ਼ਾਦੀ ਦੀ ਲੜਾਈ ਦਾ ਤਾਂ ਉਹ ਮਜਬੂਰ ਵੀ ਹੋਏ ਕਿ ਉਹਨਾਂ ਨੇ ਇਹ ਸੰਵਿਧਾਨ ਦੇ ਵਿੱਚ ਜਿਹੜਾ ਇਹ ਪ੍ਰੋਵੀਜ਼ਨ ਰੱਖੀ ਕਿ ਜਿਹੜੀ ਜਮਹੂਰੀਅਤ ਹੈ ਜਿਹੜਾ ਲੋਕਤੰਤਰ ਹੈ ਜਿਹੜਾ ਲੋਕਾਂ ਦੀ ਹਿੱਸੇਦਾਰੀ ਹੈ ਨਿਜਾਮ ਦੇ ਵਿੱਚ ਉਹ ਥੱਲੇ ਵਾਲੇ ਪਿੰਡ ਤੋਂ ਲੈ ਕੇ ਉੱਪਰ ਤੱਕ ਹੋਣੀ ਚਾਹੀਦੀ ਹੈ ਇਸ ਕਰਕੇ ਪੰਚਾਇਤਾਂ ਦਾ ਜਿਹੜਾ ਕਨਸੈਪਟ ਹੈ ਉਹ ਉਸ ਵੇਲੇ ਸੰਵਿਧਾਨ ਦੇ ਵਿੱਚ ਹੀ ਇਹਨੂੰ ਫਰੇਮ ਕੀਤਾ ਗਿਆ ਪਰ ਉਸ ਵੇਲੇ ਜਦੋਂ ਪ੍ਰੈਕਟਿਸ ਦੇ ਵਿੱਚ ਆਇਆ ਇਹ ਦੇਖਿਆ ਗਿਆ ਕਿ ਇਹ ਪੰਚਾਇਤੀ ਰਾਜ ਸਿਸਟਮ ਜਿਹੜਾ ਪੰਚਾਇਤਾਂ ਸਾਡੀਆਂ ਨੇ ਇਹ ਜਿਹੜੀਆਂ ਹਕੂਮਤਾਂ ਸਮੇਂ-ਸਮੇਂ ਵਖ-ਵਖ ਸੂਬਿਆਂ ਦੇ ਵਿੱਚ ਆਂਦੀਆਂ ਨੇ ਉਹ ਇਹਨੂੰ ਆਪਣੇ ਸਿਆਸੀ ਹਿੱਤਾਂ ਦੇ ਲਈ ਵਰਤ ਰਹੀਆਂ ਨੇ ਕਿ ਜਦੋਂ ਤੁਹਾਡੀ ਸਰਕਾਰ ਆ ਜਾਏ ਤੁਸੀਂ ਪੰਚਾਇਤਾਂ ਪੰਕ ਕਰ ਦਿਓ ਜਦੋਂ ਤੁਹਾਡੀ ਜਿਹੜੀ ਆ ਦੂਸਰੀ ਪਾਰਟੀ ਦੀ ਸਰਕਾਰ ਆ ਜਾਵੇ ਉਹ ਨਵੀਆਂ ਚੋਣਾਂ ਕਰਾ ਦੇ ਪਹਿਲੇ ਇਹਨੂੰ ਪੰਕ ਕਰਕੇ ਪਿੰਡ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਸਰਪੰਚ ਜਿਹੜਾ ਵਾ ਉਹ ਲਾ ਦਿਓ ਜਦੋਂ ਮਰਜ਼ੀ ਜਿਹੜਾ ਤੁਸੀਂ ਉੱਥੇ ਪ੍ਰਬੰਧਕ ਲਾ ਦਿਓ ਉਹਨੂੰ ਜੇ ਪੰਚਾਇਤਾਂ ਸਸਪੈਂਡ ਰੱਖਣੀਆਂ ਨੇ ఎలక్షన్ ఇని కరాਉਣੀਆਂ 4 4 సాల్ تے نہ ਕਰੋ ਇਸ ਕਰਕੇ ਸਾਰਾ ਕੁਝ ਆਪ ਹੁਦਰਾਪਨ ਜਿਹੜਾ ਇਹ ਚੱਲ ਰਿਹਾ ਸੀ ਸਾਰੇ ਸਿਸਟਮ ਦੇ ਵਿੱਚ ਜਿੰਨੂੰ ਦੇਖ ਕੇ ਗਵਰਨਮੈਂਟ ਨੇ ਇਹ ਫੈਸਲਾ ਕੀਤਾ ਕਿ ਸੰਵਿਧਾਨ ਦੀ ਸਪਿਰਟ ਦੇ ਵਿੱਚ ਰਹਿੰਦਿਆ ਹੋਇਆ ਕਿ ਇੱਕ ਜਿਹੜੀ 72ਵੀਂ 1992 ਦੇ ਵਿੱਚ 200 ਦਾ ਸੰਵਿਧਾਨ ਦੇ ਵਿੱਚ ਕੀਤੀਆਂ ਜਿਹਦੇ ਵਿੱਚ 72ਵੀਂ ਸੋਧ ਸੀ ਤੇ 73ਵੀਂ ਸੋਧ ਸੀ ਜਿਹਦੇ ਵਿੱਚ ਇੱਕ ਨਵਾਂ ਜਿਹੜਾ ਸੈਕਸ਼ਨ ਸੀ 243 ਅ ਇਹ ਤੋਂ ਲੈ ਕੇ 243 ਉਹ ਤੱਕ ਇੱਕ ਨਵਾਂ ਚੈਪਟਰ ਇਹ ਸੰਵਿਧਾਨ ਦੇ ਵਿੱਚ ਕੀਤਾ ਗਿਆ ਜਿਹਦਾ ਸਬੰਧ ਸਿਰਫ ਇਸ ਗੱਲ ਦੇ ਨਾਲ ਸੀ ਕਿ ਪੰਚਾਇਤੀ ਰਾਜ ਸਿਸਟਮ ਜਿਹੜਾ ਹੈ ਇਹਦੀਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਇਹਨੂੰ ਇਸ ਤਰੀਕੇ ਨਾਲ ਉਸਾਰਿਆ ਜਾਵੇ ਕਿ ਜਿਹਦੇ ਵਿੱਚ ਕੋਈ ਕਿਸੇ ਤਰੀਕੇ ਦੇ ਨਾਲ ਪੋਲੀਟੀਕਲ ਦਖਲਅੰਦਾਜ਼ੀ ਦੇ ਬਹੁਤ ਘੱਟ ਚਾਂਸ ਹੋਣ ਜਿਹਦੇ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਦੀ ਪਾਰਟਿਸਪੇਸ਼ਨ ਜਿਹੜੀ ਹੈ ਉਹ ਹਰ ਪੱਧਰ ਦੇ ਉੱਤੇ ਹੋਵੇ ਤੇ ਤਿੰਨ ਲੇਅਰ ਦੇ ਵਿੱਚ ਹੋ ਥੱਲੇ ಗ್ರಾಮ ਪੰਚਾਇਤ ਪਿੰਡ ਦੇ ਵਿੱਚ ਫਿਰ ਬਲਾਕ ਦੇ ਵਿੱਚ ਬਲਾਕ ਸਮਿਤੀ ਫਿਰ ਜ਼ਿਲ੍ਹੇ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੈ ਇਹ ਤਿੰਨ ਜਿਹੜੇ ਆ ਲੇਅਰਸ ਇਹਦੀਆਂ ਬੜਾਈਆਂ ਗਈਆਂ ਤਾਂ ਕਿ ਥੱਲੇ ਤੋਂ ਲੈ ਕੇ ਡਿਸਟ੍ਰਿਕਟ ਤੱਕ ਜਿਹਦੀ ਇਹਦੀ ਪਾਰਟਿਸਪੇਸ਼ਨ ਹੋਵੇ ਇਹ 1992 ਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜੀਆਂ ਨਵੀਆਂ ਦੋ ਸੋਧਾਂ ਕਰਕੇ ਜਿਹੜਾ ਵਾ ਇਹ ਬੜਾਇਆ ਗਿਆ ਉਹਦੇ ਅਕੋਰਡਿੰਗਲੀ ਫਿਰ ਜਿਹੜਾ ਸੀ ਕਿਉਂਕਿ ਸੰਵਿਧਾਨ ਹੋ ਗਈ ਸੰਵਿਧਾਨ ਦੇ ਮੁਤਾਬਕ ਜਿਹੜਾ ਸੀ ਕਿ ਅਸੀਂ ਜਿਹੜੇ ਜਿਹੜੇ ਸਾਰੇ ਸੂਬੇ ਸੀ ਉਹਨਾਂ ਨੇ ਉਹਦੇ ਮੁਤਾਬਕ ਐਕਟ ਬਣਾਉਣੇ ਸੀ ਉਹਨਾਂ ਨੂੰ ਇਹ ਮੈਂਡੇਟ ਸੀ ਕਿ ਤੁਸੀਂ ਆਪਣੀਆਂ ਅਸੈਂਬਲੀਆਂ ਦੇ ਰਾਹੀਂ ਐਕਟ ਬਣਾਉਣੇ ਫਿਰ ਪੰਜਾਬ ਗਵਰਨਮੈਂਟ ਨੇ ਉਸੇ ਨੂੰ ਉਸ ਜਿਹੜੀ ਸੰਵਿਧਾਨਕ ਸੋਧ ਸੀ ਉਹਨੂੰ ਧਿਆਨ ਵਿੱਚ ਰੱਖਦੇ ਆ ਤੇ ਉਹਦੀ ਸਪਿਰਟ ਨੂੰ ਲੈ ਕੇ ਫਿਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਵਿੱਚ ਬਣਾਇਆ ਗਿਆ ਜਿਹਦੇ ਵਿੱਚ ਇਹ ਸਾਰੀ ਜਿਹੜੇ ਪਾਵਰਸ ਜਿਹੜੀਆਂ ਥੱਲੇ ਬਲੋਕ ਲੈਵਲ ਤੋਂ ਲੈ ਕੇ ਉੱਪਰ ਤੱਕ ਕੀਤੀਆਂ ਗਈਆਂ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਜਦੋਂ ਤੁਸੀਂ ਜਿਹੜੀਆਂ ਪੰਚਾਇਤਾਂ ਪੰਗ ਕਰਦੇ ਹੋ ਤਾਂ ਉਸ ਪੰਗ ਕਰਨ ਤੋਂ ਬਾਅਦ ਤੁਸੀਂ ਜਿਹੜੀਆਂ ਆ ਇਹ ਸਭ ਸੰਧਾਨ ਦੇ ਵਿੱਚ ਸੋਧ ਹੈ ਸਰ ਕਿ ਤੁਸੀਂ ਵਿਦਨ 6 ਮਨਸ ਜਿਹੜੀਆਂ ਆ ਉਹਦੀਆਂ ਚੋਣਾਂ ਕਰਾ ਕਰਾਉਣੀਆਂ ਇਸ ਤੋਂ ਬਾਅਦ ਤੁਸੀਂ ਜਿਹੜੀ ਹੈ ਉਹ ਲੰਮਾ ਇਸ ਨੂੰ ਨਹੀਂ ਖੇਚ ਸਕਦਾ ਆ ਆਪਾਂ 6 ਮਹੀਨੇ ਵਾਲੀ ਗੱਲ ਦੇ ਉੱਤੇ ਵੀ ਬਾਤ ਸਾਬ ਆਉਨੇ ਆ ਕਿਉਂਕਿ ਉਹਦੇ ਵਿੱਚੋਂ ਲੱਗਦਾ ਏ ਉਹ ਆ ਕਿ ਜਿਹੜੀਆਂ ਪੰਚਾਇਤਾਂ ਕਿਉਂਕਿ ਪਹਿਲਾਂ ਠੇਕਿਆਂ ਦੇ ਵਿਰੋਧ ਦੇ ਵਿੱਚ ਖੜਨ ਲੱਗੀਆਂ ਸੀ ਵੱਡੀ ਗਿਣਤੀ ਦੇ ਵਿੱਚ ਐਦਕੀ ਉਹ ਸਮਾਂ ਵੀ ਟਪਾ ਦਿੱਤਾ ਗਿਆ ਕਿ ਬਹੁਤੇ ਠੇਕੇ ਜਿਹੜੇ ਉਹ ਖੁੱਲਣੇ ਨੇ ਪਰ ಗ್ರಾಮ ਪੰਚਾਇਤ ਦੀ ਤੁਸੀਂ ਗੱਲ ਕੀਤੀ ਆ ਮੈਂ ਬਹੁਤ ਸਾਰੇ ਮੈਂ ਉਹਦੇ ਬਾਰੇ ਪੜਿਆ ਹੈ ਕਿ ಗ್ರಾಮ ਪੰਚਾਇਤ ਦੇ ਕੋਲੇ ਬੜੀ ਪਾਵਰ ਹੈ ਪਰ ਉਹ ಗ್ರಾಮ ਪੰਚਾਇਤ ਦੇ ਬਾਰੇ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹਦੀ ਜਿਹੜੀ ਉਹ ਪਾਵਰ ਕੀ ਹੈ ಗ್ರಾಮ ਪੰਚਾਇਤ ਕੀ ਆ ਔਰ ਪੰਚਾਇਤ ਦੇ ਉੱਤੇ ਕਿਉਂਕਿ ਉਹ ਇੱਕ ਬਾਡੀ ਇਹੋ ਜੀ ਆ ਜਿਹੜੀ ਪੰਚਾਇਤ ਨੂੰ ਵੀ ਸਰਪੰਚ ਨੂੰ ਕਮ ਸੇ ਕਮ ਜਿਹੜਾ ਜੀ ਉਟਾ ਸਕਦੀ ਹੈ ਇੱਕ ਕਿਸਮ ਜੇ ਉਹ ਗਲਤ ਕਰ ਰਿਹਾ ਤਾਂ ಗ್ರಾಮ ਪੰਚਾਇਤ ਦੇ ਬਾਰੇ ਚ ਕੀ ਹੈ ಗ್ರಾಮ ਪੰਚਾਇਤ ਜੀ ਬੇਸਿਕ ਜਿਹੜਾ ਅਸੀਂ ਕਹਿ ਦੀਨੇ ਕਿ ਇੱਕ ਮੁੱਢਲਾ ਸਭ ਤੋਂ ਮੁੱਢਲਾ ਜਿਹੜਾ ਪੜਾਵ ਆ ਜਿਹੜਾ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਜਾਂ ਸਾਡੇ ਜਿਹੜਾ ਪੰਚਾਇਤੀ ਰਾਜ ਸਿਸਟਮ ਜਿਹੜਾ ਵਾ ਉਸ ਨੂੰ ਕਹਿ ਦਈਏ ਇਹ ਪੰਚਾਇਤੀ ਰਾਜ ਸਿਸਟਮ ਤੁਹਾਨੂੰ ਪਤਾ ਹੈ ਕਿ ਸਾਡਾ ਪੰਚਾਇਤ ਦਾ ਕਨਸੈਪਟ ਜਿਹੜਾ ਹੈ ਉਹ ਬਹੁਤ ਪੁਰਾਣਾ ਸ਼ਾਇਦ ਹਜ਼ਾਰਾਂ ਸਾਲ ਪੁਰਾਣਾ ਜਿਹੜਾ ਸਾਡਾ ਹੈ ਸੈਂਕੜੇ ਸਾਲ ਪੁਰਾਣਾ ਜਿਹੜਾ ਵਾ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਪੰਜ ਮੈਂਬਰੀ ਪੰਚਾਇਤ ਜਾਂ ਪੰਜ ਬੰਦਿਆਂ ਦੀ ਪੰਚਾਇਤ ਇਹ ਕਨਸੈਪਟ ਜਿਹੜਾ ਵਾ ਚੱਲਦਾ ਰਿਹਾ ਜਿਹਦੇ ਵਿੱਚ ਇਹ ਹੈ ਕਿ ਇੱਕ ਬੰਦਾ ਜਿਹੜਾ ਕੱਲਾ ਵਾ ਉਹ ਡਿਕਟੇਟਰ ਨਾ ਹੋ ਕੇ ਇੱਕ ਤੋਂ ਵੱਧ ਬੰਦੇ ਜਿਹੜੇ ਆ ਉਹ ਇਸ ਚੀਜ਼ ਦਾ ਕਿਸੇ ਵੀ ਚੀਜ਼ ਦਾ ਜਿਹੜਾ ਵਾ ਪਿੰਡ ਦੇ ਵਿੱਚ ਜੋ ਵੀ ਵਾਪਰਦੀ ਹੈ ਸਮੇਂ-ਸਮੇਂ ਦੌਰਾਨ ਜਿਹੜੇ ਇਸ਼ੂਜ਼ ਨੇ ਉਹ ਬਦਲਦੇ ਰਹੇ ਤੇ ਇਸ ਕਰਕੇ ਆਪਾਂ ਅੱਜ ਤੇ ਆਈ ਉਸ ਬੈਕਗ੍ਰਾਉਂਡ ਨੂੰ ਜਿਹੜਾ ਵਾ ਪਿੱਛੇ ਛੱਡ ਕੇ ਕਿ ਅੱਜ ਜਿਹੜਾ ਇਸ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਜਿਹੜਾ ਐਕਟ ਬਣਾਇਆ ਗਿਆ ਇਹਦੇ ਵਿੱਚ ਇਹ ਕੀਤਾ ਗਿਆ ਕਿ ਆਬਾਦੀ ਨੂੰ ਸਾਹਮਣੇ ਰੱਖਦੇ ਹਨ ਇੱਕ ਸਰਪੰਚ ਹੋਏਗਾ ਉਹਦੇ ਮੁਤਾਬਕ ਆਬਾਦੀ ਦੇ ਮੁਤਾਬਕ 5-5 ਵੀ ਹੋ ਸਕਦੇ ਆ 7 ਵੀ ਹੋ ਸਕਦੇ ਆ 9 ਵੀ ਹੋ ਸਕਦੇ ਆ ਤੇ ਉਸ ਜਿਹੜੀ ਪੰਚਾਇਤ ਹੈ ਜੇ ਉਸਨੇ ਕੋਈ ਵੀ ਫੈਸਲਾ ਕਰਨਾ چاہے ਉਹ ਆਪਣੇ ਵਿਕਾਸ ਦਾ ਪਿੰਡ ਦੇ ਵਿੱਚ ਮਸਲਾ ਹੈ ਚਾਹ ਪਿੰਡ ਦੇ ਵਿੱਚ ਜਿਹੜੇ ਕੋਈ ਹੋਰ ਇਸ਼ੂਜ਼ ਸੋਸ਼ਲ ਇਸ਼ੂਜ਼ ਉੱਠਦੇ ਨੇ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਖੋਲਣਾ ਹੈ ਜਾਂ ਨਹੀਂ ਖੋਲਣਾ ਹੈ ਪਿੰਡ ਦੇ ਵਿੱਚ ਜਿਹੜਾ ਵਾ ਹੱਡੂ ਰੋੜਾ ਜਿਹੜਾ ਵਾ ਤੁਸੀਂ ਕਿੱਥੇ ਬਣਾਉਣਾ ਹੈ ਪਿੰਡ ਦੇ ਵਿੱਚ ਜਿਹੜੀ ਸਾਡੀ ਜਿਹੜੀ ਜੰਜ ਘਰ ਹੈ ਉਹ ਤੁਸੀਂ ਜਿਹੜਾ ਕਿਸ ਤਰ੍ਹਾਂ ਨਾਲ ਉਹਨੂੰ ਚਲਾਉਣਾ ਕਿੱਥੇ ਬਣਾਉਣਾ ਹੈ ਇਸੇ ਤਰ੍ਹਾਂ ਨਾਲ ਪਿੰਡ ਦੇ ਵਿੱਚ ਜਿਹੜੇ ਛੋਟੇ-ਮੋਟੇ ਆਫੈਂਸਿਵ ਵੀ ਹੁੰਦੇ ਨੇ ਛੋਟੀਆਂ ਮੁੱਟੀਆਂ ਜਿਹੜੀਆਂ ਗੱਲਾਂ ਵੀ ਹੁੰਦੀਆਂ ਨੇ ਉਸ ਨੂੰ ਪੰਚਾਇਤ ਪੱਧਰ ਦੇ ਉੱਤੇ ਕਿਸ ਤਰ੍ਹਾਂ ਨਾਲ ਨਜਿੱਠਣਾ ਪੰਚਾਇਤ ਦੇ ਵਿੱਚ ਟੈਕਸ ਕਿਸ ਤਰ੍ਹਾਂ ਲਾਉਣਾ ਤਾਂ ਕਿ ਪਿੰਡ ਦਾ ਜਿਹੜਾ ਉਹ ਥੋੜਾ ਬਹੁਤਾ ਜਿਹੜਾ ਉਹਦੀ ਆਮਦਨ ਵੀ ਹੋਵੇ ਜੇ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਤੇ ਉਸ ਨੂੰ ਤੁਸੀਂ ਆਕਸ਼ਨ ਤੇ ਦੇਣਾ ਬੋਲੀ ਤੇ ਦੇਣਾ ਉਹ ਸਾਰਾ ਪ੍ਰਬੰਧ ਜਿਹੜਾ ਵਾ ਉਹਦੀ ਸਾਰੀ ਪਾਵਰਸ ਹੈ ਕਿ ਪਿੰਡ ਦੇ ਵਿੱਚ ਸਰਪੰਚ ਪਲੱਸ ਜਿਹੜੇ ਮੈਜੋਰਟੀ ਪੰਚ ਹੈ ਉਹ ਆਪਣਾ ਮਤਾ ਪਾ ਕੇ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਸਕਦੇ ਆ ਇਸ ਤੋਂ ਬਿਨਾ ਪੰਚਾਇਤ ਦਾ ਜਿਹੜਾ ਫੈਸਲਾ ਵਾ ਕੱਲਾ ਨਾ ਸਰਪੰਚ ਲੈ ਸਕਦਾ ਨਾ ਹੀ ਕੱਲੇ ਜਿਹੜੇ ਮੈਂਬਰ ਪੰਚਾਇਤ ਆ ਉਹ ਲੈ ਸਕਦੇ ਐਨੂੰ ਤਾਂ ਬਾਤ ਸਾਬ ਹੈ ਤਾਂ ਬਹੁਤ ਵਧੀਆ ਜਿਹੜਾ ਕਿਉਂਕਿ ਮੈਂ ਉਹ ਕਨਸੈਪਟ ਬਹੁਤ ਵਧੀਆ ਕਨਸੈਪਟ ਬਹੁਤ ਵਧੀਆ ਕੋਈ ਕੋਈ ਇਸ਼ੂ ਨਹੀਂ ਹੈ ਜਿਹੜਾ ਨਿਗਾਰ ਆ ਗਿਆ ਉਹ ਤਾਂ ਗਾਂ ਆ ਗਿਆ ਨਾ ਜੀ ਤੁਸੀਂ ਸਮਝਦੇ ਹੋ ਕਿ ਜਦੋਂ ਪੰਚ ਚੁਣ ਕੇ ਸਰਪੰਚ ਚੁਣਦੇ ਹੁੰਦੇ ਸੀਗੇ ਉਹ ਸਿਸਟਮ ਠੀਕ ਸੀ ਜਦੋਂ ਸਰਪੰਚੀ ਡਾਇਰੈਕਟ ਹੋਣ ਲੱਗੀ ਆ ਬਹੁਤਾ ਜ਼ਿਆਦਾ ਨਿਗਾਰ ਉਦੋਂ ਦਾ ਆ ਗਿਆ ਨਹੀਂ ਮੈਂ ਮੈਂ ਇਹਨੂੰ ਨਾ ਜਿਹੜਾ ਦੂਸਰੀ ਟੰਗ ਨਾਲ ਦੇਖਾਂਗਾ ਚਾਹੇ ਜੋ ਜਿਹੜੇ ਆ ਸਰਪੰਚਾਂ ਨੂੰ ਚੁਣ ਇੰਡਾਇਰੈਕਟ ਮੀਨਸ ਇਲੈਕਸ਼ਨ ਹੋਵੇ ਚਾਹੇ ਸਰਪੰਚ ਜਿਹੜਾ ਵਾ ਉਹ ਸਿੱਧੇ ਤੌਰ ਤੇ ਚੁਣਿਆ ਜਾਵੇ ਇਹ ਇਸ ਵਿੱਚ ਜਿਹੜਾ ਵਾ ਕੋਈ ਬੇਸਿਕ ਫਰਕ ਇਸ ਗੱਲ ਨਾਲ ਲਈ ਪੈਂਦਾ ਬੇਸਿਕ ਫਰਕ ਉਦੋਂ ਤੋਂ ਪਹਿਣਾ ਸ਼ੁਰੂ ਹੋਇਆ ਜਦੋਂ ਤੋਂ ਇਹ ਕੋਸ਼ਿਸ਼ ਕੀਤੀ ਗਈ ਜਿਹੜੀ ਸਿਆਸੀ ਪਾਰਟੀ ਸੱਤਾ ਦੇ ਵਿੱਚ ਹੈ ਕਿ ਸਿਰਫ ਮੇਰੀ ਹੀ ਮੋਨੋਪੋਲੀ ਹੋਵੇ ਤੇ ਫਿਰ ਉਹ ਇਹ ਹੋ ਗਿਆ ਨਾ ਫਿਰ ਆਪਾਂ ਇਹ ਉਦੋਂ ਤੋਂ ਸ਼ੁਰੂ ਏ ਜੇ ਸਰਪੰਚੂਗਾ ਤਾਂ ਵੀ ਉਹੀ ਹੋਣਾ ਜੇ ਡਾਇਰੈਕਟ ਚੁਣਿਆ ਜਾਊਗਾ ਨਹੀਂ ਜੇ ਜੇ ਪੰਜ ਜੇ ਪੰਜ ਡਿਫਰੈਂਟ ਮੇਰਾ ਇਹ ਸਿਗਾ ਕਿ ਪੰਜ ਜੇ ਡਿਫਰੈਂਟ ਪਾਰਟੀਆਂ ਦੇ ਬਣਦੇ ਆ ਫਿਰ ਉਹ ਸਰਪੰਚ ਦੀ ਜਿਹੜੀ ਇਹਦੇ ਨਾਲ ਡਾਇਰੈਕਟ ਪੰਜ ਪਾਰਟੀ ਦਾ ਬਣਦਾ ਨਾ ਪੰਜ ਨੂੰ ਮੌਕਾ ਨਹੀਂ ਦੇ ਰਿਹਾ ਨਾ ਜੇ ਪੰਜ ਵੀ 95 ਵੀ ਸਰਪੰਚ ਬਣਾਉਣਾ ਨਾ ਤੇ ਜਿਹੜੀ ਸਿਆਸੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ ਦੂਸਰੇ ਦੇ ਕਾਗਜ਼ ਨਹੀਂ ਭਰਦੇ ਨੇ ਬਿਲਕੁਲ ਇਹ ਇੱਥੇ ਆ ਪਾਉਂਦੇ ਨੇ ਇੱਕ ਹੀ ਪਾਰਟੀ ਇੱਕ ਹੀ ਪਾਰਟੀ ਦੇ ਆਉਨੇ ਆ ਤੇ ਇਹ ਪਿਛਲੇ ਸਮੇਂ ਤੋਂ ਜਿਹੜਾ ਪਿਛਲੇ 20 ਸਾਲਾਂ ਤੋਂ ਇਹੀ ਸਿਚੁ ਜਿਹੜੀ ਪ੍ਰੈਕਟਿਸ ਸ਼ੁਰੂ ਹੋਈ ਪੰਜਾਬ ਦੇ ਵਿੱਚ ਸ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ ਨੇ ਇਸ ਵੇਲੇ ਹਾਲਾਤ ਇਹ ਨੇ ਕਿ ਮੂੰਹ ਨਾਲ ਵੀ ਉਹ ਖੁੱਲ ਹੀ ਰਹੀਆਂ ਜੋ ਪ੍ਰੈਕਟਿਸ ਸ਼ੁਰੂ ਕਰ ਲਈ ਗਈ ਕਾਗਜ਼ ਪਾੜ ਦਿਓ ਕਿਸੇ ਨੂੰ ਜਮਾ ਹੀ ਨਹੀਂ ਕਰਾਉਣ ਦੇਣੇ ਮੁੜ ਕੇ ਉਹ ਰੱਦ ਕਰਵਾ ਦਿਓ ਇਸ ਵੇਲੇ ਹਾਈ ਕੋਰਟ ਦੇ ਵਿੱਚ ਛੁੱਟੀਆਂ ਦੇ ਵਿੱਚ ਵੀ ਸੁਣਵਾਈ ਜਿਹੜੀ ਸੀ ਉਹ ਸਾਰੀ ਚੱਲਦੀ ਰਹੀ ਬਾਦ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਪਟੀਸ਼ਨ ਜੜੀਆਂ ਦੀ ਪਾਈਆਂ ਇਸੇ ਦੇ ਉੱਤੇ ਸੀ ਗੱਲਬਾਤ ਜਿਹੜੀ ਕਰਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਫਾਇਰਲਾਈਨ ਦੇ ਵਿੱਚ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਐਡਵੋਕੇਟ ਹਰਜਨ ਸਿੰਘ ਬਾਟ ਜੀ ਮੌਜੂਦ ਨੇ ਔਰ ਅਸੀਂ ਗੱਲਬਾਤ ਉਹਨਾਂ ਦੇ ਨਾਲ ਕਰ ਰਹੇ ਹਾਂ ਇਸ ਵੇਲੇ ਮੌਜੂਦਾ ਜਿਹੜੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹਦੇ ਬਾਰੇ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹਨੂੰ ਚੂਣਾ ਘੱਟ ਤੇ ਮਜ਼ਾਕ ਦੇ ਰੂਪ ਦੇ ਵਿੱਚ ਜਿਆਦਾ ਜਿਹੜਾ ਦੀ ਉਹ ਲਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਉਂਝ ਵੀ ਤੁਸੀਂ ਸਾਰਾ ਕੁਝ ਦੇਖ ਰਹੇ ਹੋਗੇ ਕਿ ਕੀ ਕੁਝ ਜਿਹੜਾ ਦੀ ਉਹ ਚੱਲ ਰਿਹਾ ਵੱਟਸਐਪ ਮੇਰਾ ਜਿਹੜਾ ਪੁਆਇੰਟ ਸੀਗਾ ਉਹ ਸਰਪੰਚਾਂ ਵਾਲਾ ਜਿਹੜਾ ਸੀਗਾ ਤੁਸੀਂ ਸਮਝਦੇ ਹੋ ਕਿਉਂਕਿ ਇਹ ਜਿਹੜੀਆਂ ਸਰਪੰਚੀ ਸੀਗੀ ਪੰਚੀ ਸਰਪੰਚੀਏ ਹੁੰਦੀ ਸੀ ਕਿ ਪਿੰਡ ਦੇ ਲੋਕ ਇਕੱਠੇ ਹੋਣ ਉਹ ਆਪਣੀ ਇੱਕ ਜਿਹੜੀ ਐਸੀ ਬਾਡੀ ਚੁਣਨ ਕੇ ਥਾਣਿਆਂ 'ਚ ਨਾ ਜਾਣਾ ਪਏ ਕਚਹਿਰੀਆਂ ਦੇ ਵਿੱਚ ਨਾ ਜਾਣਾ ਪਏ ਪਿੰਡ ਦੀ ਡਿਵੈਲਪਮੈਂਟ ਆਪਣੇ ਜਿਹੜੇ ਆਪਣੇ ਤੌਰ ਤੇ ਚੱਲ ਕਰਨਾ ਹੈ ਨਹੀਂ ਹਾਂ ਬੜੀ ਪੰਚ ਪ੍ਰਵਾਨ ਪੰਚ ਪ੍ਰਧਾਨ ਜੜੀ ਉਹ ਗੱਲ ਹੈ ਜੀ ਮਤਲਬ ਕਿ ਜਿਹੜਾ ਪੰਚ ਜਿਹੜਾ ਹੋਣਾ ਕਿ ਉਹਨਾਂ ਦੀ ਕਿੰਨੀ ਮਹੱਤਤਾ ਸੀਗੀ ਜਦੋਂ ਦੀਆਂ ਸਿਆਸੀ ਪਾਰਟੀਆਂ ਇਹਦੇ ਵਿੱਚ ਆ ਗਈਆਂ ਤੁਸੀਂ ਸਮਝਦੇ ਹੋ ਕਿ ਨਿਗਾਰ ਉਦੋਂ ਆਇਆ ਜੀ ਕਿ ਕਿਉਂਕਿ ਸਿਆਸਤ ਹੀ ਸਿਆਸਤ ਹੋ ਗਈ ਮੈਂ ਦੇਖਿਆ ਜੀ ਆਪ ਦੇਖਿਆ ਸਾਡੇ ਪਿੰਡਾਂ ਦੇ ਵਿੱਚ ਕਦੇ ਵੀ ਜਿਹੜਾ ਵਾ ਇਹਦੇ ਵਿੱਚ ਦੋ ਕੈਂਡੀਡੇਟ ਹੋ ਜਾਣ ਤਿੰਨ ਉਮੀਦਵਾਰ ਹੋ ਜਾਣ ਕਦੇ ਵੀ ਖਿਚੋ ਤਾਨ ਕਿਸੇ ਤਰ੍ਹਾਂ ਦੀ ਨਹੀਂ ਆਈ ਸੀ ਕਦੇ ਵੀ ਕਿਉਂਕਿ ਸਿੱਧਾ ਤੌਰ ਤੇ ਸਿਆਸੀ ਪਾਰਟੀਆਂ ਕਦੇ ਦਖਲਅੰਦਾਜ਼ੀ ਨਹੀਂ ਸੀ ਕਰਦੀ ਔਰ ਜਿਹੜੇ ਇਲੈਕਸ਼ਨ ਕਰਾਉਣ ਵਾਲੇ ਆ ਨਾ ਉਹ ਸਿਰਫ ਜਿਹੜਾ ਦੋ ਦਿਨ ਪਹਿਲਾਂ ਆਉਂਦੇ ਸੀ ਸਭ ਨੂੰ ਕਹਿੰਦੇ ਸੀ ਇੱਕ ਛੋਟਾ ਜਿਹਾ ਫਾਰਮ ਹੁੰਦਾ ਸੀ ਇੱਕ ਇੱਕ ਪੇਜ ਦਾ ਉਹਦੇ ਵਿੱਚ ਤੁਸੀਂ ਜਿਹੜਾ ਆਪਦਾ ਨਾਮ ਭਰਨਾ ਹੈ ਕਿਹੜੀ ਪੋਸਟ ਲਈ ਭਰਨਾ ਤੁਸੀਂ ਤੇ ਤੁਹਾਡੇ ਪ੍ਰਪੋਜ਼ਰ ਤੇ ਜਿਹੜੇ ਸੈਕੰਡ ਕਰਨ ਵਾਲੇ ਆ ਉਹਨਾਂ ਦੇ ਨਾਮ ਤੇ ਥੱਲੇ ਤੁਹਾਡੇ ਸਾਈਨ ਆ ਇਨਾ ਫਾਰਮ ਜੇ ਤੁਸੀਂ ਅੱਜ ਇਹਦਾ ਫਾਰਮ ਦੇਖੋ ਨਾ ਮੈਂ ਤੁਹਾਨੂੰ ਦੱਸ ਰਿਹਾ ਕਿ ਕਿੱਥੋਂ ਤੱਕ ਥੱਲੇ ਚਲੇ ਗਈ ਹੈ ਔਰ ਜਿਹੜੇ ਇਹ ਬਿਊਰੋਕ੍ਰੇਟ ਹੈ ਨਾ ਜਿਨ੍ਹਾਂ ਨੂੰ ਅਕਲ ਥੇਲੇ ਦੀ ਨਹੀਂ ਹੈ ਕਿ ਤੁਸੀਂ ਇਲੈਕਸ਼ਨ ਰਾਸ਼ਟਰਪਤੀ ਦੀ ਕਰਾ ਰਹੇ ਹੋ ਕਿ ਇੱਕ ਪੰਚ ਦੀ ਕਰਾ ਦਿਓ ਪੰਚ ਦੀ ਕਰਾ ਦਿਓ 10 ਪੇਜ ਦਾ ਜਿਹੜਾ ਵਾ ਉਹ ਨੋਮੀਨੇਸ਼ਨ ਫਾਰਮ ਜੇ ਜਿਹੜਾ ਮੈਂ ਕਹਿਣਾ ਵਾਂ ਕਿ ਇੱਕ ਵਕੀਲ ਜਿਹੜਾ ਨਾ ਥੱਲੇ ਵਾਲਾ ਉਹ ਵੀ ਨਹੀਂ ਭਰ ਸਕਦਾ ਅੱਛਾ ਇੰਨਾ ਇੰਨਾ ਕੰਪਲਿਕੇਟਿਡ ਔਰ ਇੰਨਾ ਲੈਂਥੀ ਫਾਰਮ ਭਰਿਆ ਵਾ ਬਣਾਇਆ ਉਹਨਾਂ ਨੇ ਜਿਹਦੇ ਵਿੱਚ ਇਹੋ ਜਿਹੇ ਸਵਾਲ ਆ ਕਿ ਤੁਹਾਡੀਆਂ ਵੋਟਾਂ ਜਿਹੜੀਆਂ ਕਿੰਨੀਆਂ ਵਾਂ ਤੁਸੀਂ ਹਵਾਈ ਜਾਜ ਦੇ ਕਰਾਏ ਤੁਹਾਡੇ ਕਿੰਨੇ ਰਹਿੰਦੇ ਆ ਇਸ ਤਰ੍ਹਾਂ ਦੇ ਇੱਕ ਪੰਚ ਲੜ ਰਿਹਾ ਪਿੰਡ ਦਾ ਗਰੀਬ ਆਦਮੀ ਲੜ ਰਿਹਾ ਜਿਹਦੇ ਵਿੱਚ ਕੋਈ ਮਤਬਲ ਨਹੀਂ ਹੈ ਇਸ ਗੱਲ ਦਾ ਬਾਦ ਸਾਹਿਬ ਇਹ ਕਾਗਜ਼ ਰੱਦ ਕਰਾਉਣ ਦੇ ਵਾਸਤੇ ਪਾਈਆਂ ਹੀਆਂ ਨਹੀਂ ਇਹ ਇਹ ਬਿਊਰੋਕ੍ਰੇਟੀ ਦੀ ਬਿਊਰੋਕ੍ਰੇਸੀ ਜਿਹੜੀ ਹੈ ਨਾ ਉਹ ਸਮਝਦੀ ਹੈ ਕਿ ਜਿਵੇਂ ਜਿਹੜੀ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ ਜਾਂ ਐਮਪੀ ਦੀ ਚੋਣ ਹੋ ਰਹੀ ਹੈ ਇਹ ਚੋਣ ਉਸੇ ਤਰ੍ਹਾਂ ਦੀ ਹੈ ਬਲਕਿ ਦੋਨੋਂ ਚੀਜ਼ਾਂ ਜਿਹੜੀਆਂ ਵਾ ਇੱਕ ਅਲੱਗ-ਅਲੱਗ ਇਸ਼ੂਜ਼ ਨੇ ਇਹਦੇ ਵਿੱਚ ਤਾਂ ਬਹੁਤ ਸਿੰਪਲ ਇੱਕ ਹਰ ਚੀਜ਼ ਜਿਸਨ ਜੜੀ ਆ ਨਾ ਇਵਨ ਜਿਹੜਾ ਇਨਕਮ ਟੈਕਸ ਭਰਨਾ ਹੈ ਉਹਦੇ ਤੇ ਵੀ ਗਵਰਨਮੈਂਟ ਆਫ ਇੰਡੀਆ ਰੌਲਾ ਪਾਉਂਦੀ ਰਹਿੰਦੇ بڑے ਚਾਲਾਂ ਦੋ ਚੱਲ ਰਿਹਾ ਕਿ ਤੁਸੀਂ ਇਹਨੂੰ ਜਿੰਨਾ ਸਿੰਪਲੀਫਿਕੇਸ਼ਨ ਕਰ ਸਕਦੇ ਹੋ ਉਲੀਏ ਦੀ ਸਿੰਪਲੀ ਸਿੰਪਲੀਫਿਕੇਸ਼ਨ ਕਰੋ ਤੁਸੀਂ ਕਿਉਂ ਇਹਨੂੰ ਕੰਪਲਿਕੇਟਡ ਕਰ ਰਹੇ ਹੋ ਜਿਹੜਾ ਆਮ ਆਦਮੀ ਜਿਹੜਾ ਸਮਝ ਸਕੇ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਇੰਨੀ ਬਦਕਿਸਮਤੀ ਦੀ ਗੱਲ ਹੈ ਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚ ਜਿਹੜੇ ਆ ਉੱਥੇ ਲੋਕ ਜਿਹੜੇ ਵਕੀਲਾਂ ਦੇ ਪਿੱਛੇ ਤੁਰੇ ਫਿਰਦੇ ਸੀ ਕਿਸੇ ਨੇ 2000 ਲਿਆ ਕਿਸੇ ਨੇ 4000 ਦਿੱਤਾ ਫਾਰਮ ਪਰਾਉਣ ਦਾ ਫਾਰਮ ਪਰਾਉਣ ਦਾ ਸਿੰਪਲ ਜਿਹੜਾ ਕਿ ਇੱਕ ਜਿਹੜਾ ਇਸ਼ੂ ਇਹੋ ਜਿਹਾ ਹੋਣਾ ਚਾਹੀਦਾ ਕਿ ਜਿਹੜਾ ਆ ਬੰਦਾ ਲੇਮਨ ਜਿਹੜਾ ਵਾ ਉਹ 4-5 ਕਾਲਮ ਹੋਣ ਤੇ ਉਹ ਪਰ ਪਰ ਦਵੇ ਇਹ ਬਿਊਰੋਕਰੇਸੀ ਦੀ ਜਿਹੜੀ ਅੰਡਰਸਟੈਂਡਿੰਗ ਹਾਂ ਉਸ ਤੋਂ ਬਾਅਦ ਕੀ ਹੁੰਦਾ ਸੀ ਕਿ ਜਿਹੜਾ ਆਰਓ ਉੱਥੇ ਆਉਂਦਾ ਸੀ ਇਲੈਕਸ਼ਨ ਕਰਾਉਂ ਪਿੰਡਾਂ ਦੇ ਵਿੱਚ ਇੱਕ ਪੇਜ ਦਾ ਫਾਰਮ ਸੀ ਪਰਕੇ ਦੇ ਦਿੱਤੇ ਉਸੇ ਦਿਨ ਉਸੇ ਦਿਨੀ ਚੋਣਾਂ ਲਾਟ ਕਰ ਦਿੰਦੇ ਔਰ ਆਰਓ ਕਹਿੰਦਾ ਸੀ ਬਈ ਕਿਸੇ ਨੇ ਨਾ ਇਤਰਾਜ਼ ਤਰੂਜ ਨਹੀਂ ਜੇ ਕਰਨਾ ਆਹ ਵੇਖ ਲੋ ਸਾਰੇ ਤੁਸੀਂ ਪਿੰਡ ਵਾਲੇ ਇਕੱਠੇ ਜੇ ਆਪਦੇ ਆਰਾਮ ਦੇ ਨਾਲ ਇਲੈਕਸ਼ਨ ਲੜੋ ਆਪਾਂ ਕਿਸੇ ਦੇ ਕਾਗਜ਼ਕੂਜ ਰੱਦ ਨਹੀਂ ਕਰਨੇ ਹੈ ਜਿਹੜਾ ਜਿੱਤ ਜੂਗਾ ਆਪਦੇ ਜੋਰ ਲਾਓ ਜਿੰਨੂੰ ਵੋਟਰ ਪੈ ਜਾਣਗੇ ਪੈ ਜਾਣਗੇ ਜਿੱਤ ਜੇਗਾ ਐਸੇ ਹਿਸਾਬ ਦੇ ਨਾਲ ਜਿਹੜੇ ਆ ਇਲੈਕਸ਼ਨ ਦੇ ਪਰ ਪਿਛਲੇ 20 ਸਾਲ ਤੋਂ ਜਦੋਂ ਤੋਂ ਪਹਿਲੀ ਵਾਰ ਅਮਰਿੰਦਰ ਸਿੰਘ ਜਿਹੜਾ ਉਹ ਬਣਿਆ ਮੁੱਖ ਮੰਤਰੀ ਦੋ ਤੋਂ 7 ਵਾਲਾ ਦੋ ਤੋਂ 7 ਵਾਲਾ ਜਿਹੜਾ ਬਣਿਆ ਉਸ ਵੇਲੇ ਤੋਂ ਲਗਭਗ ਉਸ ਵੇਲੇ ਤੋਂ ਜਿਹੜਾ ਇਹ ਸ਼ੁਰੂ ਹੋਇਆ ਇਹ ਇੱਕ ਜਿਹੜਾ ਬਣਾ ਦਿੱਤੀ ਗਈ ਰਵੈਤ ਜਿਹਨੂੰ ਅਸੀਂ ਕਹਿ ਦਈਏ ਜਾਂ ਜਿਹਨੂੰ ਕਹਿ ਦਈਏ ਅਨ ਰਿਟਨ ਇੱਕ ਜਿਹੜਾ ਉਹ ਅੰਡਰਸਟੈਂਡਿੰਗ ਇਹਨਾਂ ਦੇ ਵਿੱਚ ਬਣ ਗਈ ਕਿ ਜਿਹੜਾ ਤਾਂ ਹੈ ਨਾ ਜਿੱਦੀ ਸਰਕਾਰ ਹੈ ਉਹ ਚੁੱਪ ਕਰਕੇ ਆਪਣੇ ਸਾਰੇ ਪੰਚ ਸਰਪੰਚ ਬਣਾ ਲਏ ਤੇ ਜਿਹੜਾ ਨਿਗਮਾ ਦੇ ਮੇਰ ਬਣਾ ਲਏ ਤੇ ਨਿਗਮਾ ਦੇ ਮੇਰ ਬਣਾ ਲਏ ਸਾਰਾ ਕੁਝ ਜੋ ਬਣਦਾ ਬਣਾ ਦੇ ਤੇ ਦੂਜੇ ਨੂੰ ਕਹਦਾ ਚੁੱਪ ਕਰਕੇ ਬੈਠ ਜਾ ਤੁਸੀਂ ਨਹੀਂ ਦਖਲੰਦਾ ਚਾ ਹੁਣ ਇਸ ਦਾ ਰਿਜ਼ਲਟ ਇਹ ਨਿਕਲਿਆ ਕਿ ਤੁਸੀਂ ਵੇਖੋ ਇਹ ਅਕਾਲੀ ਕਿੱਥੇ ਬੈਠੇ ਨੇ ਅੱਜ ਕਿੱਥੇ ਲੜ ਰਹੇ ਨੇ ਜੇ ਲੜਾਈ ਅੱਜ ਹੋ ਰਹੀ ਹੈ ਨਾ ਪਿੰਡਾਂ ਦੇ ਵਿੱਚ ਜੇ ਕਾਂਗਰਸੀਆਂ ਦੀ ਕਾਂਗਰ ਜੇ ਕਾਗਜ਼ ਗਲਤ ਰੱਦ ਹੋ ਰਹੇ ਨੇ ਜੇ ਵਦੀਕੀਆਂ ਹੋ ਰਹੀਆਂ ਨੇ ਤੇ ਇਹ ਕਾਂਗਰਸ ਦੇ ਦੋ ਗਰੁੱਪਾਂ ਦੇ ਵਿੱਚ ਹੈ ਦੋ ਗਰੁੱਪਾਂ ਦੇ ਵਿੱਚ ਔਰ ਤੁਸੀਂ ਹੈਰਾਨੀ ਜਨ ਮੰਨੋਗੇ ਕਿ 11000 ਤੋਂ ਵੱਧ ਕਹਿੰਦੇ ਆ ਕਿ ਲੋਕਾਂ ਨੇ ਲੋਕਾਂ ਦੇ ਜਿਹੜੇ ਉਹ ਕਾਗਜ਼ ਰੱਦ ਹੋ ਗਏ ਤੇ ਸਰਬਸੰਮਤੀ ਹੋ ਗਏ ਸਰਬਸੰਮਤੀ ਦਾ ਜਿਹੜਾ ਮੀਨਿੰਗ ਹੈ ਨਾ ਜਿਹੜਾ ਸਰਬਸੰਮਤੀ ਦਾ ਕਨਸੈਪਟ ਹੈ ਉਹਦੀ ਮੋਕਰੀ ਬਣਾ ਕੇ ਪਰਨੂ ਸਾਹਿਬ ਪੰਜਾਬ ਦੇ ਵਿੱਚ ਰੱਖ ਦਿੱਤੀ ਹੈ ਜਿਹੜਾ ਕਦੇ ਇਤਿਹਾਸ ਦੇ ਵਿੱਚ ਨਹੀਂ ਸੀ ਹੋਇਆ ਸਰਬਸੰਮਤੀ ਦਾ ਮਤਲਬ ਹੈ ਕਿ ਸਾਰਾ ਪਿੰਡ ਪੰਚਾਇਤ ਬੈਠੇ ਪਿੰਡ ਪਿੰਡ ਪੰਚਾਇਤ ਸਾਰਾ ਬੈਠ ਕੇ ਜਿਹੜਾ ਵੋਟਰ ਹੈ ਯਾਰ ਆਪਾਂ ਵੇਖੀਏ ਕਿਹੜਾ ਬੰਦਾ ਸਭ ਤੋਂ ਵਧੀਆ ਤੇ ਆਹ ਬੰਦਾ ਜੀ ਚਲੋ ਚੁਣ ਲੋ ਇਹਨਾਂ ਹੁਣ ਸਰਬਸੰਮਤੀ ਨੂੰ ਕਰਤਾ ਕਿ ਜਿਹਦੇ ਕਾਗਜ਼ ਰੱਦ ਕਰ ਦਿੱਤੇਗਾ ਚਾਰ-ਚਾਰ ਕੈਂਡੀਡੇਟਾਂ ਦੇ ਵਿਰੁੱਧੀਆਂ ਦੇ ਡੱਬੇ ਦੇ ਵਿੱਚ ਸੁੱਟ ਦਿੱਤੇ ਗਏ ਜਿਹੜੇ ਕਾਗਜ਼ ਦਾਖਲ ਕਰਾਉਣਗੇ ਉਹਨਾਂ ਦੇ ਕਾਗਜ਼ ਪਾੜ ਕੇ ਜਿਹੜੇ ਆ ਉਹ ਸੁੱਟ ਦਿੱਤੇ ਗਏ ਜਿਹੜਿਆਂ ਨੂੰ ਪਜਾਹ ਦਿੱਤਾ ਗਿਆ ਤੇ ਸਿਰਫ ਇੱਕੋ ਹੀ ਕੈਂਡੀਡੇਟ ਜਿਹੜਾ ਜਿਹੜਾ ਕਿ ਲੋਕਲ ਐਮਐਲਏ ਜਾਂ ਜਿਹੜਾ ਲੋਕਲ ਰੂਲਿੰਗ ਪਾਰਟੀ ਦਾ ਲੀਡਰ ਸੀ ਉਹ ਚਾਹੁੰਦਾ ਸੀ ਕਿ ਐ ਹੋਵੇ ਉਸ ਨੂੰ ਕਹਿ ਦਿੱਤਾ ਕਿ ਵੱਢ ਜਾਵੇ ਤੇ ਉਹਨੂੰ ਸਰਬਸੰਮਤੀ ਦਾ ਨਾਮ ਦੇ ਦਿੱਤਾ ਗਿਆ ਮੈਂ ਜਿਹੜਾ ਨਾ ਇੱਕ ਇੱਕ ਟਰੈਜਡੀ ਜਿਹੜਾ ਦੁਖਾਂਤ ਪੰਜਾਬ ਦੇ ਵਿੱਚ ਜਿਹੜਾ ਇਹ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬੜੇ ਅਸੀਂ ਆਪਣੇ ਆਪ ਨੂੰ ਮੈਨੂੰ ਸਮਝ ਨਹੀਂ ਆ ਰਹੀ ਕਿ ਹੋ ਕੀ ਰਿਹਾ ਬੜੇ ਬਹਾਦਰ ਅਸੀਂ ਆਪਣੇ ਆਪ ਨੂੰ ਲੋਕ ਕਹਿੰਨੇ ਆ ਅਨਿਆਇ ਦੇ ਖਿਲਾਫ ਲੜਨ ਵਾਲੇ ਕਹਿੰਨੇ ਆ ਜ਼ਬਰ ਦੇ ਖਿਲਾਫ ਲੜਨ ਵਾਲੇ ਕਹਿੰਨੇ ਆ ਹਮਲਾਵਰਾਂ ਨੂੰ ਕਹਿੰਨੇ ਅਸੀਂ ਰੋਕਿਆ ਜਿਨ੍ਹਾਂ ਨੇ ਸਾਡੇ ਪੰਜਾਬੀਆਂ ਨੇ ਤੇ ਅੱਜ ਆ ਜਿਹੜਾ ਪੰਜਾਬ ਦੇ ਵਿੱਚ ਗੰਨ ਪਿਸਾਰਾ ਪਾਰਟ ਬਣ ਗਏ ਉਹਦਾ ਅਸੀਂ ਲਗਭਗ ਪਾਰਟ ਬਣੇ ਹੋਏ ਕਿਹਨੇ ਜਾ ਕੇ ਹਿੰਮਤ ਕੀਤੀ ਹੈ ਕਿੱਥੇ ਵੀ ਹਜ਼ਾਰਾਂ ਲੋਕ ਤੁਸੀਂ ਵੇਖਿਆ ਕੋਈ ਇਨਸੀਡੈਂਟ ਪੜੀ ਹੈ WhatsApp ਲੋਕ ਤੁਸੀਂ ਦੋ ਜਗ੍ਹਾ ਪਿੰਡਾਂ ਦੇ ਰਹਿਣ ਵਾਲੇ ਹੋ ਅਸੀਂ ਪਿੰਡਾਂ ਤੋਂ ਆਏ ਆ ਬਹੁਤੇ ਸਾਡੇ ਵੀਅਰ ਜਿਹੜੇ ਉਹ ਪਿੰਡਾਂ ਦੇ ਨੇ ਹਾਂ ਬਿਲਕੁਲ ਜਿਹੜੇ ਲੋਕਾਂ ਨੇ ਸਰੋਪੇ ਪਾਏ 10 ਸਾਲ ਅਕਾਲੀ ਭਾਜੀਪੀ ਦੇ ਰਾਜ ਦੇ ਦੌਰਾਨ ਕਾਲੀ ਬਣ ਕੇ ਉਹ ਹੁਣ ਸਰੋਪੇ ਪਾ ਕੇ ਕਾਂਗਰਸੀ ਬਣ ਗਏ ਮੈਂ ਕਿੰਨਾ ਜੀ ਉਹ ਰਾਤੋਂ ਰਾਤ ਹੁਣ ਨਹੀਂ ਬਣ ਗਏ ਰਾਤੋਂ ਰਾਤ ਬਣ ਗਏ ਔਰ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਨਾ ਕਈ ਜਗ੍ ਸਿਕਰਟ ਹੈ ਲੋਕਲ ਐਮ ਐਲ اے ਨੇ ਜਿਹੜਾ ਵਾ ਉਹ ਕਿਹਾ ਕਿ ਓ ਬਈ ਸਰਪੰਚੀ ਦੀ ਬੋਲੀ ਕਿਹੜੀ ਲਾਉਂਦਾ ਵੱਧ ਤੋਂ ਵੱਧ ਅੱਛਾ ਕਿਹੜੀ ਕਿਹੜਾ ਵੱਧ ਤੋਂ ਵੱਧ ਬੋਲੀ ਲਾ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਬੰਦਾ ਜਿਹੜਾ ਵਾ ਅਕਾਲੀ ਹੋਵੇ ਉਹ ਲੈਫਟ ਦਾ ਹੋਵੇ ਆਮ ਦਾ ਹੋਵੇ ਕਿਸੇ ਦਾ ਵੀ ਨਾ ਹੋਵੇ ਕਿਸੇ ਦਾ ਬਿਜ਼ਨਸਮੈਨ ਹੋਵੇ ਓ ਪੈਸੇ ਕਿਹੜਾ ਲਾਉਂਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਇਸ ਗੱਲ ਦੀ ਤੇ ਬੋਲੀਆਂ ਲੱਗੀਆਂ ਜੇ ਬੋਲੀਆਂ ਲੱਗੀਆਂ ਦੇ ਵਿੱਚੋਂ ਮੈਨੂੰ ਜਿਹੜਿਆ ਮੈਂ ਕਈਆਂ ਬੰਦਿਆਂ ਦੀ ਪਟੀਸ਼ਨਾਂ ਪਾਈਆਂ ਸੀ ਪੰਚਾਇਤ ਦੇ ਵਿੱਚ ਰੋਲਾ ਸੀ ਤੇ ਮੈਨੂੰ ਉਹਨਾਂ ਨੇ ਕਹਿਤਾ ਜੀ ਤੁਸੀਂ ਨਾ ਛੱਡ ਦਿਓ ਪਟੀਸ਼ਨ ਆਪਾਂ ਕੇਸ ਨਹੀਂ ਲੜਨਾ ਮੈਂ ਕਿਹਾ ਕੀ ਹੋ ਗਿਆ ਕਹਿੰਦੇ ਇੰਨਾ ਮੁੱਲ ਪੈ ਰਿਆ ਅਸੀਂ ਕਿੱਥੋਂ ਦੇਣਾ ਹੈ ਨਾ 10 ਲੱਖ ਤੋਂ ਲੈ ਕੇ 30 ਲੱਖ ਤੱਕ ਇਹ ਜਿਹੜਾ ਵਾ ਉਹ ਸਰਪੰਚ ਦੀ ਬੋਲੀ ਸਰਪੰਚਾਂ ਦੇ ਜਿਹੜੇ ਆ ਬੋਲੀ ਲੱਗੀ ਗਈ ਇਹੋ ਜਿਹੜਾ ਇਤਿਹਾਸ ਦੇ ਵਿੱਚ ਕਦੇ ਕੰਮ ਜਿਹੜਾ ਨਹੀਂ ਹੋਇਆ ਔਰ ਸਭ ਤੋਂ ਵੱਧ ਮੈਂ ਸਮਝਾਂਗਾ ਕਿ ਇਹ ਲੋਕ ਜਿਹੜੇ ਅਸੀਂ ਕਹਿੰਦੇ ਆ ਕਿ ਅਸੀਂ ਅਨਿਆ ਦੇ ਖਿਲਾਫ ਬੋਲਣ ਵਾਲੇ ਆ ਜਿਹਦੇ ਵਿੱਚ ਅਕਾਲੀ ਆਪਣੇ ਆਪ ਨੂੰ ਜਿਹੜਾ ਕਹਿੰਦੇ ਚੁੱਪ ਕਰਕੇ ਘਰ ਬੈ ਕੇ ਰਾਤੋ ਰਾਤ ਬੈ ਕੇ ਔਰ ਮੈਂ ਉਹਨਾਂ ਦੇ ਬੰਦੇ ਆ ਕਈਆਂ ਲੀਡਰਾਂ ਨੂੰ ਪੁੱਛਿਆ ਕਈ ਸਾਡੇ ਵਕੀਲ ਵੀ ਦੋਸਤ ਆ ਜਿਹੜੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਮੈਂ ਕਿਹਾ ਕੀ ਹੋ ਗਿਆ ਯਾਰ ਠਾਓ ਅਸੀਂ ਹਾਈ ਕੋਰਟ 'ਚ ਲੜਨ ਲਏ ਆ ਅਸੀਂ ਹਾਈ ਕੋਰਟ ਦੇ ਆਰਡਰ ਕਰਾਏ ਨੇ ਬੰਦਿਆਂ ਨੂੰ ਠਾਓ ਕਹਿੰਦੇ ਜੀ ਨਹੀਂ ਅਸੀਂ ਲਾਇਆ ਜ਼ੋਰ ਪਰ ਉਹ ਕਹਿੰਦੇ ਆ ਯਾਰ ਇੱਕ ਤਾਂ ਬੇਇੱਜ਼ਤੀ ਕਰਾਵਾਂਗੇ ਇੱਕ ਕੁੱਟ ਖਾਵਾਂਗੇ ਇਸ ਕਰਕੇ ਅਸੀਂ ਇਹ ਪੰਗੇ ਜੀ ਨਹੀਂ ਪੈਣਾ ਤੇ ਕਿਉਂਕਿ ਅਸੀਂ ਪਹਿਲਾਂ ਇਹ ਕਰਦੇ ਰਹੇ ਅੰਦਰੋਂ ਵੀ ਤਾਂ ਤੁਹਾਡੀ ਜਮੀਰ ਚਾਹੀਦੀ ਆ ਨਾ ਤੁਹਾਡੀ ਜਮੀਰ ਵੀ ਤਾਂ ਚਾਹੀਦੀ ਸਟੈਂਡ ਲੈਣ ਦੇ ਲਈ ਤੇ ਜਦੋਂ ਤੁਸੀਂ ਖੁਦ ਇਹ ਕੰਮ ਕੀਤਾ ਹੋਵੇ ਤੁਸੀਂ ਦੂਜੇ ਨੂੰ ਕਿਵੇਂ ਰੋਕੋਗੇ ਨਹੀਂ ਰੋਕ ਸਕਦੇ ਨਾ ਇਸ ਸਾਲ ਦੇ ਦੇ ਵਿੱਚ ਅੱਜ ਜਿਹੜਾ ਇਹ ਕੰਮ ਹੋਇਆ ਇੱਕ ਬਹੁਤ ਹੀ ਅਨਫੋਰਚੂਨੇਟ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਪੰਨੂ ਸਭ ਛੋਟੀਆਂ ਛੋਟੀਆਂ ਗੱਲਾਂ ਤੇ ਮੈਂ ਤੁਹਾਨੂੰ ਜੇ ਦੱਸਾਂ ਨਾ ਤੇ ਇਹ ਹਾਸੋ ਹੀਣੀਆਂ ਗੱਲਾਂ ਹੋਣਗੀਆਂ ਕਿ ਇਹ ਜਿਹੜੇ ਸਾਡੇ ਰਿਟਰਨਿੰਗ ਅਫਸਰ ਇੱਕ ਮੈਂ ਹੋਰ ਗੱਲ ਦੱਸ ਦਵਾਂ ਪਿਛਲੇ ਸਮੇਂ 'ਚ ਨਾ ਪੰਜਾਬ ਦੇ ਵਿੱਚ ਬੜੀ ਐਜੀਟੇਸ਼ਨ ਚੱਲੀ ਟੀਚਰਾਂ ਦੀ ਤੇ ਹੋਰ ਗਵਰਨਮੈਂਟ EMPLOYEES ਦੀ ਕਿ ਉਹਨਾਂ ਦੇ ਨਾਲ ਜਿਹੜਾ ਅਨਿਆਂ ਹੋ ਰਿਹਾ ਤਨਖਾਹਾਂ ਦਾ ਹੋ ਰਿਹਾ ਤੇ ਕੱਚੇ ਪੱਕੇ ਰੈਗੂਲਰ ਕਰਨ ਦਾ ਜਾਂ ਨੌਨ ਰੈਗੂਲਰ ਕਰਨ ਦਾ ਤੇ ਬਾਕੀ ਸਭ ਨੇ ਵੀ ਸਾਰੇ ਲੋਕਾਂ ਨੇ ਪੰਜਾਬਦਿਆਂ ਨੇ ਹਮਦਰਦੀ ਪੂਰਵਕ ਸਾਥ ਦਿੱਤਾ ਨਾ ਸਾਥ ਦਿੱਤਾ ਪਰ ਐਸ ਇਲੈਕਸ਼ਨ ਦੇ ਵਿੱਚ ਡਿਊਟੀਆਂ ਕਿਹਨੀਆਂ ਕਿਨਾਂ ਦੀਆਂ ਸੀ ਉਸ ਗਵਰਨਮੈਂਟ EMPLOYEES ਦੀਆਂ ਔਰ ਉਹ ਗਵਰਨਮੈਂਟ EMPLOYEES ਨੂੰ ਜਦੋਂ ਅਸੀਂ ਵੀ ਰੀਟਰਨਿੰਗ ਅਫਸਰ ਜਿਹੜੇ ਲੱਗੇ ਸੀ ਅਸੀਂ ਰਿਟਰਨਿੰਗ ਅਫਸਰ ਨੂੰ ਫੋਨ ਕਰਦੇ ਸੀ ਨਾ ਸਾਡੇ ਕਲਾਇੰਟ ਕਹਿੰਦੇ ਸੀ ਵੀ ਇਹ ਪੁੱਛੋ ਕਿ ਕਿਸ ਕਰਕੇ ਰੱਦ ਕਰ ਰਹੇ ਸਾਨੂੰ ਇਹ ਤਾਂ ਦੱਸ ਦੇਣ ਸਾਡੇ ਕਾਗਜ਼ ਰੱਦ ਕਰ ਦਿੱਤੇ ਇਹਨਾਂ ਨੇ ਸਾਨੂੰ ਦੱਸਤਾ ਦੇਣ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਪੰਚਾਇਤੀ ਰਾਜ ਐਕਟ ਦੇ ਵਿੱਚ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਐਕਟ ਬਣਿਆ ਹੈ ਕਿ ਸਾਨੂੰ ਦੱਸਤਾ ਦੇਣ ਕਿਸ ਕਰਕੇ ਕਰ ਰਹੇ ਹੋ ਜਦੋਂ ਪੁੱਛੀਦਾ ਸੀ ਨਾ ਕਹਿੰਦਾ ਜੀ ਅਸੀਂ ਸਾਫ਼ ਦੱਸ ਦਈਏ ਸਾਡੇ ਵਸ ਕੁਝ ਨਹੀਂ ਜੀ ਇਹ ਤਾਂ ਉਪਰੋਸਾ ਨੂੰ ਜੋ ਹਦਾਇਤਾਂ ਨਾ ਅਸੀਂ ਤਾਂ ਉਹ ਕਰਨਾ ਜੇ ਸਾਡੇ ਬਸ ਕੋਈ ਨਹੀਂ ਮਤਲਬ ਇੱਕ ਗਵਰਨਮੈਂਟ EMPLOYE ਜਿਹੜਾ ਕਿ ਤਨਖਾਹ ਲੈਂਦਾ ਲੋਕਾਂ ਤੋਂ ਜਿਹੜਾ ਜਿਹਦਾ ਕੰਮ ਹੈ ਕਿ ਤੁਸੀਂ ਆਪਣੀ ਡਿਊਟੀ ਜਿਹੜੀ ਹੈ ਉਹ ਪ੍ਰੋਪਰ ਕਰਨੀ ਆ ਤੇ ਇਹ ਸਰੈਂਡਰ ਕਰ ਦੇਵੇ ਬਿਲਕੁਲ ਹੀ ਸਰੈਂਡਰ ਸਾਰੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰੈਂਡਰ ਕਰ ਦੇ ਤੇ ਕੋਈ ਕੋਈ ਸਟੈਂਡ ਨਾ ਲੈ ਸਕਣ ਇੱਕ ਅਨਫੋਰਚਿਊਟ ਜੀ ਬਾਪਾ ਜਿੱਦਾਂ ਤੁਸੀਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਜਿਹੜੇ ਅਨਿਆਏ ਦੇ ਖਿਲਾਫ ਬੋਲਣ ਵਾਲੇ ਜਾਂ ਬਾਰੀ ਹਮਲੇ ਜਿਹੜੇ ਸੀ ਉਹਨਾਂ ਨੂੰ ਰੋਕਣ ਵਾਲੇ ਲੋਕ ਜਾਂ ਹੁਣ ਟੀਚਰ ਦੀ ਤੁਸੀਂ ਜਿਹੜੀ ਉਹ ਗੱਲ ਕਰ ਰਹੇ ਹੋ ਇਹ ਸਮਾਜ ਘਾੜੇ ਹੁੰਦੇ ਨੇਸ਼ਨ ਬਿਲਡਰ ਜਿਹੜਾ ਜੀ ਉਹ ਕਿਹਾ ਜਾਂਦਾ ਇਹ ਫਿਰ ਜਿਹੜੇ ਕਿਉਂਕਿ ਆਪਾਂ ਜਿੱਥੋਂ ਸਟਾਰਟ ਕੀਤੀ ਸੀਗੀ ਗੱਲ ਵੀ ਨੀਹਾਂ ਨੇ ਇਹ ਤਾਂ ਲੋਕਤੰਤਰ ਦੀਆਂ ਤੁਹਾਨੂੰ ਲੱਗਦਾ ਹੈ ਕਿ ਜੋਕਤੰਤਰ ਬਣ ਗਿਆ ਸਾਰਾ ਕੁਝ ਮੈਂ ਜੀ ਇਹਦਾ ਨਾਂ ਤਾਂ ਪਤਾ ਨਹੀਂਗਾ ਨਾਂ ਤਾਂ ਜਿਹੜਾ ਇਸ ਤੋਂ ਵਿੱਚ ਕੋਈ ਵਰਸਟ ਦੇ ਸਕਦੇ ਹੋ ਨਾ ਤੁਸੀਂ ਜੇ ਇਹਨੂੰ ਤੁਸੀਂ ਕਿਸੇ ਵਰਸਟ ਤਰੀਕੇ ਨਾਲ ਵੀ ਕਾਲ ਕਰ ਸਕਦੇ ਹੋ ਤੇ ਉਹ ਹੋ ਸਕਦਾ ਮੈਂ ਤੁਹਾਨੂੰ ਦੱਸ ਦਵਾਂ ਕਿਸ ਹੱਦ ਤੱਕ ਗਏ 1000ਾਂ ਉਮੀਦਵਾਰਾਂ ਦੇ ਨਾਂ ਜਿਹੜੇ ਐਸ ਗੱਲ ਕਰਕੇ ਰਿਜੈਕਟ ਕੀਤੇ ਗਏ ਕਿ ਉਹਨਾਂ ਚੁੱਲਾ ਟੈਕਸ ਨਹੀਂ ਦਿੰਦਾ ਹੁਣ ਇਹ ਬੜਾ ਪੁਆਇੰਟ ਹੈ ਦੱਸ ਗਿਆ ਤੁਹਾਨੂੰ ਹੁਣ ਜਿਹੜਾ ਨਾ ਜਿਹੜੇ ਅੱਜ ਦੇ ਮਾਡਰਨ ਜਿਹੜੇ ਬੱਚੇ ਹੋਣਗੇ ਨਾ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਪਤਾ ਨਹੀਂ ਕਿ ਚੁੱਲਾ ਟੈਕਸ ਕੀ ਮੈਂ ਤੁਹਾਨੂੰ ਦੱਸਦਾ ਮੇਰਾ ਸਟੈਨੋ ਆ ਜਦੋਂ ਮੈਂ ਕੇਸ ਲਿਖਾ ਰਿਹਾ ਨਾ ਤੇ ਮੈਂ ਇਹਨੂੰ ਕਿਹਾ ਟਰਾਂਸਲੇਸ਼ਨ ਕਿਉਂਕਿ ਸਾਡੇ ਹਾਈ ਕੋਰਟ 'ਚ ਇਹ ਹੈ ਕਿ ਜਦੋਂ ਅਸੀਂ ਕੋਈ ਵੀ ਡਾਕੂਮੈਂਟ ਲਾਉਨੇ ਆ ਨਾ ਤੇ ਉਹ ਸਾਨੂੰ ਪੰਜਾਬੀ ਤੋਂ ਇੰਗਲਿਸ਼ ਦੇ ਵਿੱਚ ਉਹਦਾ ਤਰਜਮਾ ਉਲਟਾ ਕਰਕੇ ਫਿਰ ਅਸੀਂ ਲਗਦੇ ਹਾਂ ਤੇ ਉਹ ਕਰ ਰਿਹਾ ਸੀ ਮੈਂ ਕਲੈਂਟ ਨਾਲ ਗੱਲ ਕਰ ਰਿਹਾ ਤੇ ਮੈਨੂੰ ਕਹਿੰਦਾ ਜੀ ਆ ਚੁੱਲਾ ਟੈਕਸ ਜਿਹੜਾ ਬਾ ਇਹ ਮੈਂ ਇਹਨੂੰ ਸਟੋਵ ਟੈਕਸ ਲਿਖ ਦਵਾ ਹਾਂ ਹਾਂ ਸਟੋਵ ਟੈਕਸ ਲੈ ਦਵਾ ਮੈਂ ਇਹ ਚੁੱਲਾ ਟੈਕਸ ਸੋ ਉਹੀ ਵਰਡ ਰਹੂਗਾ ਇਹ ਹਾਊਸ ਟੈਕਸ ਆ ਹਾਂ ਮਤਲਬ ਇਹ ਜਿਹੜਾ ਚੁੱਲਾ ਟੈਕਸ ਦੇ ਨਾਮ ਦੇ ਉੱਤੇ ਜਿਹੜਾ ਕਿਤੇ ਵੀ ਕੋਈ ਐਗਜ਼ਿਸਟ ਨਹੀਂ ਕਰਦਾ ਪੇਪਰਾਂ ਦੇ ਵਿੱਚ ਜਿਹਦਾ ਕੋਈ ਕਿਤੇ ਰੈਲੇਵੈਂਸੀ ਨਹੀਂ ਹੈ ਔਰ ਜਿੰਨੇ ਦੇਣਾ ਵੀ ਸੀ ਨਾ ਜੇ ਮੰਨ ਲਓ ਹੈਗਾ ਵੀ ਹੈ 50 ਰੁਪਏ ਇੱਕ ਸਾਲ ਦਾ ਇੱਕ ਕਰਦਾ ਇੱਕ ਕਰਦਾ ਮਤਲਬ ਉਸ ਵੇਲੇ ਅੰਗਰੇਜ਼ਾਂ ਦੇ ਵੇਲੇ ਤੋਂ ਚੱਲੇ ਆ ਰਹੇ ਸੀ ਵੀ ਇੱਕ ਚੁੱਲੇ ਉਹਦਾ ਚੁੱਲਾ ਇੱਕ ਹੀ ਘਰ ਚ ਹੁੰਦਾ ਸੀ ਜੇ ਦੂਜਾ ਹੋਣਾ ਤੇ ਇਹਦਾ ਮਤਲਬ ਇੱਕ ਪਰਿਵਾਰ ਅੱਡ ਹੋ ਗਿਆ ਤੇ ਦੂਜਾ ਚੁੱਲਾ ਹੋਣਾ ਝਕਾ ਲਿਆ ਝਕਾ ਲਿਆ ਤੇ ਉਸ ਕਰਕੇ ਉਹ ਸੀ ਉਹ ਉਹਨਾਂ ਦਿਨਾਂ ਦੇ ਵਿੱਚ 45 15 ਤਰੀਕ ਨੂੰ ਨੋਟੀਫਿਕੇਸ਼ਨ ਹੋਇਆ 18 ਤੇ 19 ਜਿਹੜੀਆਂ ਨਾਮੀਨੇਸ਼ਨ ਸੀ ਨਾ ਜਿਹੜਾ ਪੰਚਾਇਤ ਸੈਕਟਰੀ ਨਾ ਬੀ ਡੀ ਪੀਓ ਤੇ ਨਾ ਕੋ ਹੋਰ ਜਿਹੜਾ ਅਫਸਰ ਸੀ ਉਹ ਆਪਣੇ ਦਫ਼ਤਰ ਦੇ ਵਿੱਚ ਬੈਠਾ ਤਾਂ ਕਿ ਉਹਦੀ ਰਸੀਦ ਜਿਹੜੀ 50 ਰੁਪਏ ਦੀ ਆ ਉਹ ਨਾ ਕਟਣੀ ਪੈ ਜਾਵੇ ਇਹ ਇਹ ਚੋਰ ਮੋਰੀਆਂ ਹਜ਼ਾਰ ਚੋਰ ਮੋਰੀਆਂ ਹਜ਼ਾਰਾਂ ਦੀ ਗਿਣਤੀ ਦੇ ਇੱਕ ਫਿਰ ਹੁੰਦਾ ਸੀ ਸੋ ਕਾਲਡ ਨੋਬਜੈਕਸ਼ਨ ਸਰਟੀਫਿਕੇਟ ਹਾਂ ਉਹਦਾ ਜਨਰਲੀ ਆ ਕਿ ਇਹਦਾ ਜਿਹੜਾ ਨਾ ਹੋਰ ਕੋਈ ਖਰਚਾ ਕਰਜ਼ਾ ਜਿਹੜਾ ਕਿਸੇ ਪਾਸੇ ਉਹ ਦੇਣ ਲਈ ਨਹੀਂ ਬੈਠੇ ਨਾ ਕੋਈ ਦਿੱਤੇ ਹੋਰ ਕੋਈ ਨਹੀਂ ਹੈ ਉਹਦੇ ਲਈ ਨਹੀਂ ਬੈਠੇ ਉਹਦੇ ਲਈ ਨਹੀਂ ਬੈਠੇ ਮਤਲਬ ਇੱਕ ਜਿਹੜਾ ਡੈਮੋਕਰੇਸੀ ਇੱਥੇ ਹੁੰਨੇ ਜਿਹੜੇ ਪੁਆਇੰਟ ਨੂੰ ਤੁਸੀਂ ਲੈ ਕੇ ਜਿਹੜੀਆਂ ਪਟੀਸ਼ਨਾਂ ਜੜੀਆਂ ਕੀਤੀਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਉਂਕਿ ਬਾਦਸ਼ਾਹ ਨੇ ਉਹ ਪਟੀਸ਼ਨ ਕਰਤਾ ਉਹਨਾਂ ਦੇ ਵਿੱਚੋਂ ਇੱਕ ਨੇ ਕਾਫੀ ਸਾਰੀਆਂ ਪਟੀਸ਼ਨਾਂ ਗਈਆਂ ਪਹਿਲੀ ਵਾਰੀ ਹੋਇਆ ਕਿ ਹਾਈ ਕੋਰਟ ਨੇ ਛੁੱਟੀਆਂ ਦੇ ਦੌਰਾਨ ਜਿਹੜਾ ਦੀ ਉਹ ਸੁਣਿਆ ਇਹ ਪਹਿਲੀ ਵਾਰੀ ਬਹੁਤ ਵੱਡੀ ਗੱਲ ਹੈ ਜੀ ਇਹ ਅਸੀਂ ਇਹਦੇ ਬਾਰੇ ਜਿਹੜਾ ਦੀ ਉਹ ਜਾਣਦੇ ਆ ਕਿ ਹਾਈ ਕੋਰਟ ਦੇ ਇਹ ਜਿਹੜਾ ਉਹਨਾਂ ਨੇ ਸੁਣਵਾਈ ਕੀਤੀ ਉਹਦਾ ਕੀ ਅਸਰ ਪਊਗਾ ਇੱਕ ਛੁੱਟੀ ਦੇ ਬ੍ਰੇਕ ਤੋਂ ਬਾਅਦ ਵਕਤਾ ਜੀ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਫਾਇਰ ਲਾਈਨ ਦੇ ਵਿੱਚ ਬਾਟਸਾਬ ਮੌਜੂਦ ਨੇ ਦੀ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਉਹ ਪ੍ਰੈਕਟਿਸ ਕਰਦੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਇਸ ਕਰਕੇ ਨੇ ਕਿ ਜਿਹੜੀਆਂ ਪਟੀਸ਼ਨਾਂ ਪਈਆਂ ਨੇ ਹਾਈ ਕੋਰਟ ਦੇ ਵਿੱਚ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਛੁੱਟੀਆਂ ਦੇ ਦੌਰਾਨ ਵੀ ਇਹਦੇ ਚ ਲਗਾਤਾਰ ਸੁਣਵਾਈ ਹੁੰਦੀ ਰਹੀ ਭਲਕੇ ਫੇਰ ਹੋਣੀ ਆ 31 ਤਰੀਕ ਨੂੰ ਉਹ ਇਹਨਾਂ ਕੁਝ ਜਿਹੜੇ ਲੋਕ ਜਿਹੜੇ ਸੋਚਦੇ ਨੇ ਕਿ ਇਹ ਕਿਤੇ ਸਾਰਾ ਬੇੜਾ ਕੰਪਲੀਟਲੀ ਨਾ ਜੜਾ ਜੀ ਉਹ ਗਰਗ ਚਾਵੇ ਕਿਉਂਕਿ ਸਰਪੰਚੀ ਦਾ ਨਾਮ ਤਾਂ ਇਸ ਵੇਲੇ ਵੈਸੇ ਜੇ ਛੋਟਿਆ ਜਾਵੇ ਤਾਂ ਧੌਣ ਚ ਕਿਲਾ ਵੀ ਜਿਹੜਾ ਦੀ ਉਹ ਰੱਖ ਦੇਣਾ ਚਾਹੀਦਾ ਇਹ ਉਸੇ ਦੇ ਕਰਕੇ ਇੰਨਾ ਪੈਸਾ ਜਿਹੜਾ ਜੇ ਮੈਂ 10 ਲੱਖ ਲਾऊं ਮੈਂ 20 ਲੱਖ ਲਾऊं ਮੈਂ 30 ਲੱਖ ਲਾऊं ਔਰ ਇਹਦੇ ਵਿੱਚ ਸਾਡੇ ਪ੍ਰਵਾਸੀ ਕੁਝ ਜਿਹੜੇ ਹੈਗੇ ਆ ਉਹਨਾਂ ਦਾ ਵੀ ਰੋਲ ਆ ਕਿ ਬਾਪੂ ਜਾਂ ਭਰਾ ਵੀ ਕੁਝ ਵੀ ਹੋ ਜੇ ਪੈਸੇ ਮੈਂ ਇਥੋਂ ਭੇਜ ਦੂੰ ਬੜੀ ਮਿਹਨਤ ਦੇ ਨਾਲ ਬਣਦੇ ਆ ਵਿਦੇਸ਼ਾਂ ਦੇ ਵਿੱਚ ਜਿਹੜੇ ਉਹ ਪੈਸੇ ਸਿਆਸੀ ਪਾਰਟੀਆਂ ਸਿਆਸੀ ਪਾਰਟੀਆਂ ਦੇ ਨੁਮਾਇंदे ਜਾਹ ਦੇ ਇਹ ਕੰਮਾਂ ਦੇ ਉੱਤੇ ਨਾ ਖਰਚ ਕਰਿਆ ਕਰੋ ਇਹ ਪੈਸੇ ਕਿਸੇ ਆਪਣੇ ਪਿੰਡ ਦੇ ਗਰੀਬ ਦੇ ਬੱਚੇ ਜਾਂ ਖਾਸ ਤੌਰ ਤੇ ਬੱਚੀ ਨੂੰ ਆ ਪੜਾਉਣ ਦੀ ਜ਼ਿੰਮੇਵਾਰੀ ਲੈ ਲਓ ਉਹ ਕਿਸੇ ਪਾਸੇ ਜਿਹੜਾ ਦੀ ਉਹ ਲੱਗ ਸਕਦੇ ਆ ਕਿਉਂਕਿ ਇਹਦੇ ਵਿੱਚੋਂ ਸવાય ਲੜਾਈਆਂ ਪੜਾਈਆਂ ਤੋਂ ਹੋਰ ਕੁਝ ਨਹੀਂ ਜਿਹੜਾ ਦੀ ਉਹ ਨਿਕਲਿਆ ਨਿਕਲਦਾ ਸਮੇਂ ਸਮੇਂ ਤੇ ਸਿਆਸੀ ਪਾਰਟੀਆਂ ਗੁੰਮਰਾਹ ਕਰਦੀਆਂ ਰਹੀਆਂ ਨੇ ਪ੍ਰਵਾਸੀਆਂ ਨੂੰ ਅੱਜ ਵੀ ਕਰ ਰਹੀਆਂ ਨੇ WhatsApp ਇਹ ਵੈਸੇ ਫੈਕਟ ਹੈ ਪ੍ਰਵਾਸੀ ਜਿਹੜੇ ਆ ਕੁਝ ਜਿਹੜੇ ਆ ਦੀ ਉਹ ਵੀ ਪਿੰਡਾਂ ਦੇ ਵਿੱਚ ਰੋਲ ਨਿਭਾਉਂਦੇ ਆ ਮੈਂ ਕਹਾਂਗਾ ਜੀ ਪੰਨੂ ਸਾਹਿਬ ਮਤਲਬ ਬੇਸਿਕ ਇਹ ਰੀਜਨ ਨਹੀਂ ਹੈ ਹਾਂ ਜੋ ਇੱਕ ਬੇਸਿਕ ਨਹੀਂ ਹੈ ਇਹ ਬੇਸਿਕ ਨਹੀਂ ਹੈ ਇਹ ਇੱਕ ਸਮਝ ਲਓ ਤੁਸੀਂ ਕਿ ਇੱਕ ਨਗੂਣਾ ਜਿਹਾ ਨਗੂਣਾ ਜਿਹਾ ਹਿੱਸਾ ਹੈ ਮਤਲਬ ਸਾਰੇ ਜਿਹੜੇ ਸਾਡੇ ਪ੍ਰਵਾਸੀ ਭਰਾਵਾ ਉਹ ਇਸ ਤਰ੍ਹਾਂ ਦੇ ਨਹੀਂ ਹੈ ਪਰ ਕਿਤੇ ਕਿਤੇ ਜਿਹੜਾ ਵਾ ਉਹ ਜਾਗਦਾ ਹੈ ਕਿ ਹਾਂ ਮੇਰਾ ਭਰਾ ਬੈਠਾ ਹੈ ਪੰਜਾਬ ਦੇ ਵਿੱਚ ਜਾਂ ਮੇਰਾ ਵੇਖੋ ਸਾਡੇ ਚ ਪੰਜਾਬੀਆਂ ਜਿਵੇਂ ਥੋੜਾ ਬਹੁਤੀ ਜਿਹੜੀ ਫੂਕ ਸਕੰਦੀ ਆਦਤ ਤਾਂ ਹੈ ਤੁਸੀਂ ਇਹਨੂੰ ਮੰਨਿਏ ਭਵੇਂ ਨਾ ਮੰਨੀਏ ਇਹ ਹੈ ਕਿ ਅਸੀਂ ਦਖਾਣਾ ਕਿ ਹਾਂ ਮੇਰਾ ਕੁਝ ਨਹੀਂ ਹੈ ਹੈ ਜੀ ਮੈਂ ਨਹੀਂ ਹੈ ਜੀ ਚਲੋ ਮੈਂ ਨਹੀਂ ਕਹਿੰਦਾ ਇੰਨਾ ਇੰਨਾ ਨਹੀਂ ਸੀ ਮੈਂ ਲਫ਼ਜ਼ ਵਰਤਣਾ ਚਾਹੁੰਦਾ ਪਰ ਇਹ ਹੈ ਤਾਂ ਹੈ ਨਾ ਦੇਖੋ ਆ ਇੱਕ ਜਿਹੜਾ ਮੂਸੇ ਵਾਲਾ ਉਹ ਵੀ ਆਪਦਾ ਛੱਡ ਕੇ ਹੁਣ ਆ ਗਿਆ ਕਿ ਮੈਂ ਆਪਦੀ ਮੇਰੀ ਮਾਂ ਨੂੰ ਜਿਤਾਓ ਮਾਂ ਨੂੰ ਜਿਤਾਓ ਕਿ ਕਿੱਡੀ ਕਮੜੀ ਗੱਲ ਤੇਰੀ ਕੀ ਕੰਟ੍ਰਿਬਿਊਸ਼ਨ ਹੈ ਤੇਰੀ ਕੀ ਕੰਟ੍ਰਿਬਿਊਸ਼ਨ ਹੈ ਜੀ ਮਾਂ ਨੇ ਜਾਂ ਤੇਰੇ ਪਰਿਵਾਰ ਨੇ ਪਿੰਡ ਦੇ ਵਿੱਚ ਕੋਈ ਕੰਮ ਕੀਤਾ ਹੋਏਗਾ ਤੂੰ ਤਾਂ ਕਿੰਨੇ ਜਣ ਤੋਂ ਬਾਹਰ ਬੈਠਾ ਹੈ ਕਿੰਨੇ ਜਣ ਤੋਂ ਬਾਹਰ ਤੇ ਆਪਦਾ ਕੰਮ ਤੇਰਾ ਤੋਰੀ ਫੁਲਕਾ ਵਧੀਆ ਉਥੇ ਚੱਲ ਰਿਹਾ ਭਾਵੇਂ ਜਿਹੋ ਜਿਹੇ ਮਰਦੀ ਚ ਗੀਤ ਗਾਰੇ ਪੁੱਠੇ ਸਿੱਧੇ ਕਰ ਰਿਹਾ ਸਾਰੇ ਕੰਮ ਕਰ ਰਿਹਾ ਤੇ ਪਰ ਲੋਕਾਂ ਦੇ ਨਾਲ ਤਾਂ ਸਿੱਧੇ ਤੌਰ ਦੇ ਉੱਤੇ ਤੂੰ ਜੜਿਆ ਹੋਇਆ ਨਹੀਂ ਤੇ ਜੇ ਤੇਰਾ ਪਰਿਵਾਰ ਇੱਥੇ ਪਿੰਡ ਦੇ ਵਿੱਚ ਉੱਪਰ ਪ੍ਰਭਾਵ ਪਾ ਰਿਹਾ ਨਾ ਪ੍ਰਭਾਵ ਪ੍ਰਭਾਵ ਹਾਂ ਆਪ ਦਾ ਨਹੀਂ ਪਾ ਰਿਆ ਹਾਂ ਪ੍ਰਭਾਵ ਆਪ ਦੇ ਪੈਸੇ ਦਾ ਪਾ ਰਿਆ ਪੈਸੇ ਦਾ ਪਾ ਰਿਆ ਜਿਹੜੀ ਅਨਫੋਰਚੂਨੇਟ ਹੈ ਜੇ ਆਪ ਦਾ ਵੀ ਹੋਵੇ ਕਿ ਹਾਂ ਮੈਂ ਮੇਰੀ ਮਾਂ ਖੜੀ ਹੈ ਮੈਂ ਹੰਬਲੀ ਜਿਹੜਾ ਰਿਕੁਐਸਟ ਕਰ ਰਿਹਾ ਵਾਂ ਤੁਸੀਂ ਵੇਖੋ ਕਿਵੇਂ ਕਿਸ ਬੋਡੀ ਲੈਂਗੁਏਜ ਕਿਵੇਂ ਆ ਪਿੰਡ ਦੇ ਵਿੱਚ ਚਲੋਂਦੀ ਹੈ ਕਿ ਜਿਹੜੇ ਪੇਜ ਨੇ ਉਹ ਸਪਾਂਸਰਡ ਨੇ ਕਰੋੜਾ ਕਰੋੜਾ ਰੁਪਈਆ ਜਿਹੜਾ ਬਾ ਤੁਸੀਂ ਮਤਲਬ ਇਸ ਤਰ੍ਹਾਂ ਪੇ ਲਾ ਰਹੇ ਹੋ ਤੇ ਨੂੰ ਵੱਡਾ ਇਸ਼ੂ ਬਣਾ ਰਹੇ ਹੋ ਉਸ ਤਰ੍ਹਾਂ ਦਾ ਸਾਡਾ ਜਿਹੜਾ ਮੀਡੀਆ ਵਾ ਜਿਹੜਾ ਇਸ ਨੂੰ ਚੱਕ ਰਿਹਾ ਕਿੰਨੇ ਕਿੰਨੇ ਆ ਮੈਂ ਵੇਖਿਆ ਇਹਦੇ ਤੇ ਦੋ ਤਿੰਨ ਟੀਵੀ ਤੇ ਮੈਂ ਨਾਂ ਨਹੀਂ ਲੈਣਾ ਹੈ ਕਿੰ ਅ ਦੇਰ ਜਿਹੜਾ 5 5 ਮਿੰਟ ਦੀ ਆਪਾਂ ਵੀ ਗੱਲ ਉਹਦੀ ਜਿਆਦਾ ਨਾ ਕਰੀਏ ਨਾ ਕਰੀਏ ਆਪਾਂ ਮੈਂ ਜਨਰਲਲੀ ਜਿਹੜੀ ਗੱਲ ਮੈਂ ਇੱਕ ਉਦਾਹਰਨ ਦਿੱਤੀ ਜਿਹੜੀ ਇੱਕ ਸਾਹਮਣੇ ਆਏ ਬਾਦ ਸਾਹਿਬ ਜਿਹੜੀਆਂ ਪਟੀਸ਼ਨ ਪਈਆਂ ਮੈਂ ਇਹ ਗੱਲ ਕੰਪਲੀਟ ਕਰਾਂ ਮੈਂ ਇਹ ਗੱਲ ਕੰਪਲੀਟ ਕਰ ਲਵਾਂ ਇਸ ਕਰਕੇ ਸਾਡੇ ਜਿਹੜੇ ਬਾਹਰ ਬੈਠੇ ਪਰ ਆਵਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਔਰ ਇਹ ਜਾਇਜ਼ ਹੋਏਗਾ ਕਿ ਜੋ ਪਿੰਡ ਦੇ ਵਿੱਚ ਹੋ ਰਿਹਾ ਨਾ ਜੋ ਪਿੰਡ ਦੇ ਲੋਕਲ ਲੋਕ ਕਰ ਰਹੇ ਨੇ ਆਪਣਾ ਵਿਚਾਰ ਰਹੇ ਨੇ ਉਹ ਆਪਣਾ ਚੰਗਾ ਮਾੜਾ ਜਾਣਦੇ ਨੇ ਪਿੰਡ ਦੇ ਵਿੱਚ ਬਹੁਤ ਅੱਛੇ ਤੋਂ ਅੱਛੇ ਲੋਕ ਵੀ ਪੜੇ ਲਿਖੇ ਲੋਕ ਆ ਰਹੇ ਨੇ ਬੜੇ ਇਮਾਨਦਾਰ ਆ ਰਹੇ ਨੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਸੀਚੇਵਾਲ ਚ ਪੀ ਐਚ ਡੀ ਮੁੰਡਾ ਬੜੇ ਹੋਰ ਵੀ ਬਹੁਤ ਹੈ ਜੇ ਅਸੀਂ ਪੈਸੇ ਦਾ ਰੋਲ ਘਟਾਵਾਂਗੇ ਨਾ ਜੇ ਅਸੀਂ ਸਿਆਸਤ ਦੇ ਵਿੱਚ ਪੈਸੇ ਦਾ ਰੋਲ ਘਟਾਵਾਂਗੇ ਜੇ ਅਸੀਂ ਇਲੈਕਸ਼ਨਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਪੈਸੇ ਸ਼ਰਾਬ ਔਰ ਨਸ਼ਿਆਂ ਦਾ ਜਿਹੜਾ ਉਹ ਰੋਲ ਘਟਾਵਾਂਗੇ ਤਾਂ ਉਨੇ ਹੀ ਸਾਡੀ ਜਮਹੂਰੀਅਤ ਜਿਹੜੀ ਆ ਉਹ ਮਜ਼ਬੂਤ ਹੋਏਗੀ ਉਨੇ ਹੀ ਸਾਡੇ ਪਿੰਡ ਦੇ ਵਿੱਚ ਜਿਹੜੇ ਸਾਡੇ ਪ੍ਰਸ਼ਾਸਨ ਆ ਪਿੰਡ ਦੇ ਵਿੱਚ ਜਿਹੜੀਆਂ ਸਾਡੀਆਂ ਪੰਚਾਇਤਾਂ ਨੇ ਪਿੰਡ ਸਾਡੇ ਐਜ਼ ਅ ਹੋਲ ਜਿਹੜੇ ਆ ਉਹ ਮਜ਼ਬੂਤ ਹੋਣਗੇ ਇਸ ਕਰਕੇ ਸਾਡੇ ਪ੍ਰਵਾਸੀ ਪਰਵਾਸਾਂ ਨੂੰ ਥੋੜਾ ਜਿਹਾ ਇਹ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਬਾਤਸਾਬ ਇਹ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਟੀਸ਼ਨ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਪੁੱਛਿਆ ਪੰਜਾਬ ਦੇ ਪਿੰਡਾਂ ਦੇ ਸਕੂਲ ਜਿਹੜੀ ਮੁੱਢਲੀ ਚੀਜ਼ ਸੀ ਪੰਜਾਬ ਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਉਹ ਕਿਤੇ ਗਵਾਚ ਗਿਆ ਪੰਜਾਬ ਦੇ ਵਿੱਚ ਉੱਭਰੀ ਜਿਹੜੀ ਚੀਜ਼ ਉਹ ਛੱਪੜ ਹੈ ਜਿੱਥੇ ਸਾਰਾ ਗੰਦ ਜਿਹੜਾ ਜੀ ਉਹ ਇਕੱਠਾ ਹੁੰਦਾ ਜਿਹੜਾ ਕਿ ਬਿਮਾਰੀਆਂ ਨੂੰ ਜਨਮ ਦਿੰਦਾ ਇਹਦੇ ਉੱਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੇ ਉਹ ਫੈਸਲੇ ਲੈਣੇ ਹੁੰਦੇ ਸੀ ਤੁਸੀਂ ਸੋਚਦੇ ਹੋ ਕਿ ਇਹ ਸਿਆਸਤ ਦੀ ਭੇਟ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਚੜ ਗਿਆ ਸਾਰਾ ਕੁਝ ਮੈਂ ਦੱਸਾਂ ਜੀ ਤਾਂ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਨਾ ਕਿ ਦੋ ਚੀਜ਼ਾਂ ਨੇ ਪੰਚਾਇਤ ਦੇ ਪਿਛਲੇ ਜਿਹੜੇ ਇੱਕ ਮੈਂ ਕਹਾਗਾ ਕਿ 20-25 ਸਾਲ ਤੋਂ ਜਿਹੜਾ ਇੱਕ ਵਰਤਾਰਾ ਚੱਲ ਰਿਹਾ ਜਿਹੜਾ ਇੱਕ ਫੀਨੋਮਨਾ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਹੈ ਕਿ ਸਰਪੰਚ ਕਿਸ ਤਰ੍ਹਾਂ ਬਣਨਾ ਕੀ ਲੋਕਲ ਪੋਲੀਟੀਸ਼ੀਅਨ ਨੂੰ ਚੜਾਵਾ ਚੜਾ ਕੇ ਬੋਲੀ ਲਗਾ ਕੇ ਬਣਨਾ ਜਾਂ ਪਿੰਡ ਦੇ ਵਿੱਚ ਵੋਟਾਂ ਖਰੀਦ ਕੇ ਸ਼ਰਾਬਾਂ ਪਿਆ ਕੇ ਨਸ਼ੇ ਕਰਾ ਕੇ ਔਰ ਹੋਰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕਰਪਟ ਪ੍ਰੈਕਟਿਸ ਜਿਹੜੀਆਂ ਉਹ ਅਡਾਪਟ ਕਰਕੇ ਸਰਪੰਚ ਬਣਨਾ ਜੇ ਸਰਪੰਚੀ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੇਗੀ ਤਾਂ ਜਿਹੜੀ ਪਿੰਡ ਦੇ ਵਿੱਚ ਥੋੜੀ-ਬਹੁਤੀ ਗ੍ਰਾਂਟ ਆਉਂਦੀ ਹੈ ਨਾ ਤਾਂ ਸਰਪੰਚ ਕੋਸ਼ਿਸ਼ ਕਰੂਗਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਪੈਸੇ ਆਪਣੇ ਉਹ ਕੱਢਾਂ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਪਿੰਡ ਦੇ ਵਿੱਚ ਜਿਹੜੀ ਆ 5 ਸਾਲ ਦੇ ਵਿੱਚ 1.5-2 ਕਰੋੜ ਗ੍ਰਾਂਟ ਆਈ ਹੈ 1.5-2 ਕਰੋੜ ਗ੍ਰਾਂਟ ਛੋਟਾ ਜਿਹਾ ਪਿੰਡ ਹੈ ਔਰ ਉਹੀ ਗਲੀਆਂ ਜਿਹੜੀਆਂ ਨਾ ਪੰਜ ਸੱਤੀ ਗਲੀਆਂ ਪਿੰਡ ਦੇ ਵਿੱਚ ਕਿੰਨੀ ਵਾਰ ਪੱਕੀਆਂ ਕਰੋਗੇ ਹਾਂ ਅਸੀਂ ਕਰਦਾ ਜੇ ਵਿਹੜਾ ਪੱਕਾ ਕੀਤਾ ਆਪਣਾ ਮੰਨ ਲਓ ਆਪਣੇ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਕਿੰਨੇ ਸਾਲ ਬਾਅਦ ਦੁਬਾਰਾ ਕਰਦੇ 20-20 ਸਾਲ ਲੱਗ ਜਾਂਦੇ 20-20 ਸਾਲ 25-25 ਸਾਲ ਲੱਗ ਜਾਂਦੇ ਉਹੀ ਗਲੀਆਂ ਪੁੱਟ ਪੁੱਟ ਮੇਰੀ ਉਹੀ ਗਲੀਆਂ ਪੁੱਟਦੇ ਵੀ ਨਹੀਂ ਹੈ ਹਾਂ ਪੁੱਟ ਦੇ ਵੀ ਨਹੀਂ ਹੈ ਉਹੀ ਗਲੀਆਂ ਰਹਿ ਕੇ ਉਹਦੇ ਵਿੱਚ ਹੀ ਬਜਟ ਪਾ ਕੇ ਕਿ ਇਹ ਜਿਹੜਾ ਵਿੱਚ ਲਾਤਾ ਪੱਠੇ ਤੋਂ ਜਿਹੜੀਆਂ ਉਹ ਜਾਲੀ ਰਸੀਦਾ ਮਿਲਣ ਰਹੀਆਂ ਨੇ ਜਿੱਥੇ ਸੀਮੈਂਟ ਦੀਆਂ ਦੁਕਾਨਾਂ ਨੇ ਜਾਲੀ ਰਸੀਦਾ ਮਿਲਡੀਆਂ ਨੇ ਸਾਰਾ ਕੁਝ ਲਾ ਕੇ ਰਲੇ ਹੋਏ ਨੇ ਸਾਰੇ ਕਿਉਂਕਿ ਸ਼ੇਰ ਤਾਂ ਥੱਲੋਂ ਲੈ ਕੇ ਉੱਪਰ ਤੱਕ ਜਾ ਰਿਹਾ ਸਾਰੀ ਕ腐ਸ਼ਨ ਪੰਚਾਇਤ ਸੈਕਟਰੀ ਤੋਂ ਲੈ ਕੇ ਜਿਹੜਾ ਲੋਕਲ ਜਿਹਨੇ ਪਾਸ ਕਰਨਾ ਹੈ ਬੀਡੀਪੀਓ ਹੋ ਗਿਆ ਉੱਪਰ ਤੱਕ ਹੋ ਗਿਆ ਸਭ ਕੁਝ ਜਾ ਰਿਹਾ ਤੇ ਇੱਕ ਹੀ ਗਲੀ ਜਿਹੜੀ ਹੈ ਉਹ ਮਤਲਬ ਇੱਕ 5 ਸਾਲਾਂ ਦੇ ਵਿੱਚ ਤਿੰਨ ਤਿੰਨ ਵਾਰ ਪੱਕੀ ਹੋ ਰਹੀ ਹੈ ਬਿਲਕੁਲ ਤੁਸੀਂ ਇਹ ਕਾਗਜ਼ਾਂ ਦੇ ਵਿੱਚ ਹੋ ਰਹੀ ਹੈ ਇਸ ਕਰਕੇ ਇਸ ਜਿਹੜਾ ਐਕਟ ਬਣਿਆ ਜਿਹੜਾ ਕਾਨੂੰਨ ਬਣਿਆ ਸੰਵਿਧਾਨ ਦੇ ਵਿੱਚ ਬਹੁਤ ਵਧੀਆ ਚੀਜ਼ ਬਣਾਈ ਪਰ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨੂੰ ਮਿਸਯੂਜ਼ ਕਰਕੇ ਇਨ ਪ੍ਰੋਪਰ ਇੰਪਲੀਮੈਂਟੇਸ਼ਨ ਨਾ ਕਰਕੇ ਇਹਦਾ ਜਿਹੜਾ ਬਾਦ ਸਾਹਿਬ ਕਿਉਂ ਇਹ ਹੋਇਆ ਜੀ ਜਿਹੜਾ ਤੁਸੀਂ ਕੀਤਾ ਪਟੀਸ਼ਨ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿਉਂ ਛੁੱਟੀਆਂ ਦੇ ਵਿੱਚ ਜਿਹੜੀ ਜੀ ਉਹ ਸੁਣਵਾਈ ਕਰਨੀ ਪਈ ਦੱਸਾਂ ਜੀ ਪੰਨੂ ਸਾਹਿਬ ਵੈਰੀ ਫੇਅਰਲੀ ਮੈਂ ਤੁਹਾਨੂੰ ਜਿਹੜਾ ਨਾ ਦੱਸਾਂ ਐਸ ਤੋਂ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਸੀ ਨਾ ਜਦੋਂ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਆਇਆ ਤੇ ਉਸ ਤੋਂ ਬਾਅਦ ਦੂਜੀ ਵਾਰ ਹੀ ਆਇਆ ਉਦੋਂ ਹਾਈ ਕੋਰਟ ਦੇ ਵਿੱਚ ਘਟੋ ਘਟ ਇਸੇ ਗੱਲਾਂ ਨੂੰ ਲੈ ਕੇ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਅਨਫੋਰਚੂਨੇਟ ਆ ਬਦਕਿਸਮਤੀ ਹੈ ਕਿ ਪਹਿਲੀ ਵਾਰ ਨਹੀਂ ਹੋਇਆ ਉਦੋਂ ਹਾਈ ਕੋਰਟ ਦੇ ਵਿੱਚ ਜਿਹੜਾ ਮਤਲਬ ਹਜ਼ਾਰ ਹਜ਼ਾਰ 2 2000 ਜਿਹੜੀਆਂ ਪਟੀਸ਼ਨਾਂ ਆ ਉਹ ਆਉਂਦੀਆਂ ਮੇਰੇ ਘਰੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਸਮਿਆਂ ਦੇ ਵਿੱਚ ਭੀੜ ਲੱਗੀ ਰਹਿੰਦੀ ਸੀ ਮੇਰਾ ਬੇਟਾ ਹੁਣ ਉੱਥੇ ਬਾਹਰ ਪੜ ਰਿਹਾ ਉਹਨੇ ਆਪਣੀ ਮਾਂ ਨੂੰ ਕਹਿਣਾ ਕਿ ਸਾਰਾ ਪਿੰਡ ਆ ਕੇ ਬਾਹਰ ਬੈਠਾ ਮਤਲਬ ਉਦੋਂ ਤੋਂ ਲੈ ਕੇ ਕਿ ਕਿੰਨੇ ਲੋਕ ਜਿਹੜੇ ਡਿਸਕੰਟੈਂਟਮੈਂਟ ਜਿਹੜੀ ਆ ਲੋਕਾਂ ਦੇ ਵਿੱਚ ਜੋ ਨਜਾਇਜ਼ ਹੋ ਰਹੀ ਆ ਜੋ ਗਲਤ ਜਿਹੜਾ ਵਾ ਤਰੀਕੇ ਮੈਥਡ ਅਡਾਪਟ ਕੀਤੇ ਜਾ ਰਹੇ ਆ ਉਹਦੇ ਖਿਲਾਫ ਉਦੋਂ ਵੀ ਆ ਰਹੇ ਸੀ ਪਰ ਕਿਉਂਕਿ ਇਹ ਜਿਹੜਾ ਐਕਟ ਹੈ ਨਾ ਜਿਹੜਾ ਕਾਨੂੰਨ ਹੈ ਇਲੈਕਸ਼ਨਾਂ ਦਾ ਪੰਚਾਇਤ ਇਲੈਕਸ਼ਨਾਂ ਦਾ ਇਹਦੇ ਵਿੱਚ ਬਹੁਤ ਲਿਮਟਿਡ ਪਾਵਰ ਹਾਈ ਕੋਰਟ ਕੋਲ ਬਹੁਤ ਲਿਮਟਿਡ ਕਿਉਂਕਿ ਸਾਡੇ ਇੱਕ ਨਾ ਸੈਟਰਡ ਲਾਅ ਹੈ ਇੰਡੀਆ ਦੇ ਵਿੱਚ ਕਿ ਵਨਸ ਦੀ ਇਲੈਕਸ਼ਨ ਪ੍ਰੋਸੈਸ ਸਟਾਰਟਡ ਜਦੋਂ ਇੱਕ ਵਾਰੀ ਇਲੈਕਸ਼ਨ ਪ੍ਰੋਸੈਸ ਪ੍ਰੋਸੈਸ ਜਿਹੜਾ ਸ਼ੁਰੂ ਹੋ ਜਾਂਦਾ ਯੂ ਕੈਨਟ ਹਾਲਟ ਇਟ ਤੁਸੀਂ ਇਹਨੂੰ ਸਟਾਪ ਨਹੀਂ ਕਰ ਸਕਦੇ ਜੇ ਵੀ ਤੇ ਵਿੱਚ ਕਿਤੇ ਮਾਈਨਰ ਥੋੜੀ ਬਤ ਦੀ ਕੋ ਹੈ ਤੇ ਯੂ ਕੈਨ ਅਡਜਸਟ ਪਰ ਜਨਰਲੀ ਜਿਹੜਾ ਉਹ ਜਦੋਂ ਨੋਟੀਫਿਕੇਸ਼ਨ ਇਲੈਕਸ਼ਨਾਂ ਦਾ ਹੋ ਜਾਂਦਾ ਤਾਂ ਉਦੋਂ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਤੇ ਹੱਲ ਇਹ ਹੈ ਕਿ ਇਲੈਕਸ਼ਨ ਤੋਂ ਬਾਅਦ ਜਿਹੜੀ ਇਲੈਕਸ਼ਨ ਪਟੀਸ਼ਨ ਪਾ ਦੋ। ਮਤਲਬ ਉਸ ਵੇਲੇ ਇਹਨੇ ਆ ਰਹੇ ਸੀ ਔਰ ਲੋਕਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਕਿ ਹਾਈ ਕੋਰਟ ਜਾਈਦਾ ਜੀ ਪੈਸੇ ਵੀ ਖਰਚਦੇ ਆ ਪਰ ਕਿਉਂਕਿ ਕਾਨੂੰਨ ਡਾਇਰੈਕਟਲੀ ਉਹਨਾਂ ਦੇ ਖਿਲਾਫ ਹੈ ਕਿ ਜੇ ਜਾਂਤੀ ਹੋਈ ਕਿਸੇ ਦੇ ਕਾਗਜ਼ ਰੱਦ ਹੋਏ ਤੇ ਕਾਨੂੰਨ ਇਹ ਹੈ ਕਿ ਉਸ ਤੋਂ ਬਾਅਦ ਜੋ ਇਲੈਕਸ਼ਨ ਖਤਮ ਹੋ ਗਈ ਚੋਣ ਹੋ ਗਈ ਉਸ ਤੋਂ ਬਾਅਦ ਉਸ ਇਲੈਕਸ਼ਨ ਪਟੀਸ਼ਨ ਜਿਹੜੀ ਹੈ ਉਹ ਪਾਦ ਰੁਕ ਨਹੀਂ ਸਕਦੀ ਰੁਕ ਨਹੀਂ ਸਕਦਾ ਪ੍ਰੋਸੈਸ ਨਹੀਂ ਰੁਕ ਸਕਦਾ ਜਿਹੜਾ ਵਾ ਉਹ ਰੁਕ ਨਹੀਂ ਸਕਦਾ ਇਹ ਕਾਨੂੰਨ ਜਿਹੜਾ ਵਾ ਜੇ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਅਮੈਂਡਮੈਂਟ ਕੀਤੀ ਜਾਵੇ ਕਿਉਂਕਿ ਜਿਹੜਾ ਸਾਡਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਜਿਹੜਾ ਆਰਟੀਕਲ 226 ਹੈ 226 27 ਹੈ ਜਿਹੜਾ ਰਿਟ ਦੇ ਨਾਲ ਸਿੱਧੇ ਤੌਰ ਤੇ ਡੀਲ ਕਰਦਾ ਹੈ ਉਹਦੇ ਵਿੱਚ ਇਹ ਹੈ ਕਿ ਜੇ ਕਿਸੇ ਵੀ ਸਿਟੀਜ਼ਨ ਦਾ ਕਿਸੇ ਵੀ ਵਿਅਕਤੀ ਦਾ ਜਿਹੜਾ ਫੰਡਮੈਂਟਲ ਰਾਈਟ ਹੈ ਉਹ ਇਨਫਰਿੰਗ ਹੁੰਦਾ ਹੈ ਉਹ ਵਾਇਲਟ ਹੁੰਦਾ ਹੈ ਤੇ ਜਿਹੜਾ ਉਹਨੂੰ ਲੜਨ ਦਾ ਜਿਵੇਂ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਉਹਦੇ ਜਿਹੜੇ ਕਾਗਜ਼ ਨਹੀਂ ਇੰਟਰਟੇਨ ਕੀਤੇ ਗਏ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਤਾਂ ਉਹਦਾ ਫੰਡਮੈਂਟਲ ਰਾਈਟ ਹੈ ਇਲੈਕਸ਼ਨ ਲੜਨ ਦਾ ਇਸ ਕਰਕੇ ਉਹਦਾ ਰਾਈਟ ਹੈ ਕੋ ਹਾਈ ਕੋਰਟ ਚ ਅਪਰੋਚ ਕਰ ਸਕਦੇ ਹੋਰ ਕੋਈ ਕੋਰਟ ਨਹੀਂ ਕਰ ਸਕਦੀ ਇਹਦੇ ਵਿੱਚ ਸਿਰਫ ਹਾਈ ਕੋਰਟ ਹੀ ਅਦਾਲਤ ਨਹੀਂ ਕਰ ਸਕਦੀ ਕੋਈ ਨਹੀਂ ਕਰ ਸਕਦੀ ਕਿਉਂਕਿ ਇਹਦੇ ਵਿੱਚ ਬਾਹਰ ਉਹਦਾ ਜੂਰੀਡਿਕਸ਼ਨ ਬਾਰਕੀ ਟੈਕਟ ਦੇ ਵਿੱਚ ਸਿਰਫ ਹਾਈ ਕੋਰਟ ਕੋ ਰਾਈਟ ਹੈ ਪਰ ਹਾਈ ਕੋਰਟ ਵੀ ਜਿਹੜੀ ਹੈ ਜਦੋਂ ਇਸ ਇਸ਼ੂ ਤੇ ਆ ਜਾਂਦੇ ਆ ਕਿ ਸੁਪਰੀਮ ਕੋਰ ਜਿਨ੍ਹਾਂ ਦੇ ਵਿੱਚ ਇਹ ਹੈ ਕਿ ਤੁਸੀਂ ਐਸ ਸਟੇਜ ਦੇ ਉੱਤੇ ਇਫੈਕਟਿਵਲੀ ਇੰਟਰਵੈਨ ਨਹੀਂ ਕਰ ਸਕਦੇ ਸਟੇ ਨਹੀਂ ਮਿਲ ਸਕਦਾ ਸਟੇ ਇਹੀ ਮੈਂ ਕਹਿ ਰਿਹਾ ਸਟੇ ਪੁੱਛ ਲੈਣਗੇ ਉਹ ਆ ਜਾਣਗੇ ਕਹਿ ਦੇਣਗੇ ਜੀ ਹਾਂ ਇਹ ਹੋ ਗਿਆ ਠੀਕ ਹੋ ਗਿਆ ਉਹਨਾਂ ਨੇ ਕਹਤਾ ਕਿ 48 ਘੰਟੇ ਦਿੱਤੇ ਉਹਦੇ ਵਿੱਚ ਮੈਂ ਉਹਦੇ ਉਹਦੇ ਤੋਂ ਮੈਂ ਬਾਤ ਚਾਰਾ ਠੀਕ ਹੈ ਨਾ ਇਹ ਜਨਰਲ ਜਿਹੜਾ ਮਤਲਬ ਲਾਭ ਆ ਜਿਹਦੇ ਕਰਕੇ ਲੋਕ ਜਿਹੜੇ ਆ ਲੋਕਾਂ ਨੂੰ ਇੱਕ ਤਜਰਬੇ ਤੋਂ ਪਤਾ ਲੱਗ ਗਿਆ ਕਿ ਉੱਥੇ ਕੁਝ ਬਣਨਾ ਨਹੀਂ ਹੈ ਇਸ ਕਰਕੇ ਇਸ ਵਾਰ ਬਹੁਤ ਕਟਲੂ ਕਾਇ ਨੇ ਇਸ ਵਾਰ ਜਿਹੜੀਆਂ ਪਟੀਸ਼ਨਰ ਰੈਲੇਟਿਵਲੀ ਹੋਈਆਂ ਨੇ ਉਹਦੇ ਕਟ ਹੋਈਆਂ ਨੇ ਉਹ ਕਿਉਂ ਹਾਈ ਕੋਰਟ ਕਟ ਇੱਕ ਤਾਂ ਅਕਾਲੀ ਜਿਹੜੇ ਪਹਿਲਾਂ ਵਿਰੋਧੀ ਪਾਰਟੀ ਰੋਲਪਾਉਂਦੀ ਸੀ ਨਾ ਉਹ ਚੁੱਪ ਬੈਠੇ ਆਮ ਆਦਮੀ ਪਾਰਟੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਕਿ ਬੜੇ ਅਸੀਂ ਵੀ ਹੈਗੇ ਆ ਉਹਨਾਂ ਵੀ ਕੋਈ ਨਿਕ ਇੱਕ ਤਾਂ ਦੋ ਗੁੱਟਾਂ ਚ ਪੜ ਗਏ ਇੱਕ ਜਿਹੜਾ ਵਾ ਉਹਨਾਂ ਵੀ ਜ਼ਿਆਦਾ ਰੌਲਾ-ਗੋਲਾ ਇਸ ਇਸ਼ੂ ਤੇ ਪਾਇਆ ਨਹੀਂ ਉਹਨਾਂ ਨੂੰ ਪਤਾ ਵੀ ਜਿਤਨੀਆਂ ਕਾਗਜ਼ ਨਹੀਂ ਹੈ ਤੇ ਰਹਿ ਗਈ ਕਾਂਗਰਸੀ ਆਪਸ ਵਿੱਚ ਉਹਨਾਂ ਦੇ ਵਿੱਚੋਂ ਜਿੰਨੇ ਕੁ ਮਾੜੇ-ਮੋਟੇ ਅਫੋਰਡ ਕਰਨ ਵਾਲੇ ਸੀ ਉਹ ਥੋੜੇ-ਬਹੁਤ ਇੱਥੇ ਹਾਈ ਕੋਰਟ ਦੇ ਵਿੱਚ ਆਗੇ ਜੇ ਥੋੜਾ-ਥੋੜਾ ਬਹੁਤਾ ਜਿਹੜਾ ਸੀ ਉਹਨਾਂ ਥੱਲੇ ਰੌਲਾ ਪਾ ਲਿਆ ਇਸ ਕਰਕੇ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਕਿ ਹੁਣ ਜਦੋਂ ਹਾਈ ਕੋਰਟ ਦੇ ਵਿੱਚ ਆਏ ਕਿਸ ਗੱਲਾਂ ਦੇ ਉਹਨਾਂ ਚੋਂ ਤਿੰਨ ਚਾਰ ਗੱਲਾਂ ਜਿਵੇਂ ਪਹਿਲਾਂ ਦੱਸ ਰਿਆ ਸਾਂ ਇੱਕ ਤਾਂ ਚੋਲਾ ਟੈਕਸ ਨਹੀਂ ਦਿੱਤਾ ਸੋ ਕਲ ਜੀ ਨੂੰ ਅਸੀਂ ਹਾਊਸ ਟੈਕਸ ਦੇ ਨਾਲ-ਨਾਲ ਕਰਦੇ ਉਹ ਨਹੀਂ ਹੈ ਇੱਕ ਜਿਹੜਾ ਵਾ ਨੋਬਜੈਕਸ਼ਨ ਸਰਟੀਫਿਕੇਟ ਨਹੀਂ ਹੈ ਤੀਸਰਾ ਉਹਨਾਂ ਨੇ ਕੀ ਕੀਤਾ ਕਿ ਬਹੁਤ ਹੀ ਬਿਸ਼ਰਮੀ ਦੇ ਨਾਲ ਮੈਂ ਸਮਝਦਾ ਕਿ ਸਾਡੀ ਅਫਸਰਸਾਈ ਜਿਹੜੀ ਹੈ ਘਟੋ-ਘਟੋ ਸੋਚ ਤਾਂ ਲੈਣ ਕੇ ਅਸੀਂ ਅਸੀਂ ਵੀ ਹਾਈ ਕੋਰਟ ਜਦੋਂ ਕਹਿੰਦੇ ਆ ਨਾ ਸਾਡੇ ਕੋਲ ਕਲਾਇੰਟ ਆਉਂਦੇ ਆ ਤੇ ਝੂਠ ਦੱਸਦੇ ਆ ਤੇ ਅਸੀਂ ਯਾਰ ਕਹਿੰਦੇ ਆ ਝੂਠ ਤਾਂ ਬੋਲਾ ਪਰ ਇਹਨਾਂ ਕੋ ਬੋਲਾ ਜੀ ਕਨਵਿੰਸਿੰਗ ਜਿਆਦਾ ਲੱਗੇ ਵੀ ਲੱਗੇ ਤਾਂ ਸਹੀ ਥੋੜਾ ਬਹੁਤ ਆ ਵੀ ਹੈ ਤੇ ਸਾਡੀ ਅਫਸਰ ਸਾਹਿਬ ਤਾਂ ਜਿਹੜੀ ਉਸ ਤੋਂ ਵੀ ਅੱਗੇ ਨਿਕਲ ਗਈ ਹੁਣ ਇੱਕ ਔਰਤਾਂ ਸਾਡੇ ਆਈਆਂ ਕੇਸ ਦੀਆਂ ਜਿਨ੍ਹਾਂ ਵਿੱਚ ਅਸੀਂ ਕੇਸ ਕੀਤੇ ਆ ਕਿ ਇਹਨਾਂ ਕੋਲੇ ਜਿਹੜਾ ਵਾ ਉਹ ਨਾਜਾਇਜ਼ ਇਹਨਾਂ ਨੇ ਜ਼ਮੀਨ ਜਿਹੜੀ ਆ ਪੰਚਾਇਤ ਦੀ ਨਾਜਾਇਜ਼ ਜ਼ਮੀਨ ਇਹਨਾਂ ਦੇ ਦੱਬੇ ਹੋਏ ਆ ਜਮ੍ਹਾਂ ਬੰਦੀਆਂ ਅਸੀਂ ਬੁਖਾਤੀਆਂ ਆ ਵੇਖੋ ਜੀ ਆ ਜਮ੍ਹਾਂ ਬੰਦੀ ਚ ਬੁਖਾਓ ਮੇਰਾ ਕਿੱਥੇ ਆ ਬੀਡੀਪੀ ਨੇ ਕਹਤਾ ਜੀ ਵੀ ਹਾਂ ਠੀਕ ਹੈ ਜੀ ਇਹਨਾਂ ਦੀ ਕਿਉਂਕਿ ਨਿਸ਼ਾਨਦੇ ਹੀ ਨਹੀਂ ਹੋਈ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਹੈ ਕਿ ਇਹਨਾਂ ਨੇ ਜ਼ਮੀਨ ਦੱਬੀ ਹੋਈ ਹੈ ਲੇਡੀਜ਼ ਪਿੰਡ ਦੀਆਂ ਐਸਸੀ ਕਮਿਊਨਿਟੀ ਦੀਆਂ ਅੱਛਾ ਨਹੀਂ ਇਹ ਨਹੀਂ ਹੈਗਾ ਇਹਨਾਂ ਨੇ ਨਾ ਜਿਹੜਾ ਬਿੱਲ ਹੈ ਪਾਣੀ ਦਾ ਜਿਹੜਾ ਟੈਂਕੀ ਦਾ ਬਿੱਲ ਆਂਦਾ ਉਹ ਨਹੀਂ ਪੇਮੈਂਟ ਕੀਤੀ ਅਸੀਂ ਲਿਆ ਕੇ ਵਿਖਾਤਾ ਜੀ ਆਹ ਵੇਖੋ ਪੈਂ ਟੈਂਕੀ ਦਾ ਜਿਹੜਾ ਕਨੈਕਸ਼ਨ ਆ ਉਹ ਤਾਂ ਇਹਨਾਂ ਲੇਡੀਜ਼ ਦੇ ਨਾਂ ਤੇ ਨਹੀਂ ਹੈ ਉਹ ਤਾਂ ਉਹਨਾਂ ਦੇ ਘਰ ਵਾਲੇ ਦੇ ਨਾਂ ਤੇ ਹੈ ਹੁਣ ਜੇ ਘਰ ਵਾਲੇ ਨੇ ਕਤਲ ਕੀਤਾ ਤੇ ਤੁਸੀਂ ਇਹਨਾਂ ਨੂੰ ਸਜ਼ਾ ਤੱਕ ਨਹੀਂ ਦੇ ਸਕਦੇ ਇਹਨਾਂ ਨੂੰ ਜੇਲ੍ਹ ਤਾਂ ਨਹੀਂ ਭੇਜ ਸਕਦੇ ਇਹਦੇ ਨਾਂ ਤੇ ਦੱਸੋ ਤੁਸੀਂ ਕੀ ਆ ਕੀ ਕੀ ਹੈ ਨਹੀਂ ਜੀ ਆਰਡਰ ਪਾਸ ਕਰਕੇ ਕਰ ਦਿੱਤਾ ਮਤਲਬ ਜੋ ਉਹਨਾਂ ਨੇ ਔਰ ਉਹਨਾਂ ਨੇ ਇੱਕ ਨਾ ਕੰਪਿਊਟਰ ਦੇ ਉੱਤੇ ਇੱਕੋ ਲੈਟਰ ਕੱਢਿਆ ਔਰ ਕਈ ਵਾਰ ਜਦੋਂ ਜਲਦੀ ਜਲਦੀ ਕਰਦੇ ਉਹਨਾਂ ਤੇ ਗਲਤੀਆਂ ਰਹਿ ਜਾਂਦੀਆਂ ਇੱਕ ਦੇ ਵਿੱਚ ਜਿਹੜੇ ਆ ਇੱਕੇ ਪਿੰਡ ਦੇ ਸੀ ਉਹ ਦੂਜਾ ਲੈਟਰ ਜਿਹੜਾ ਦਿੱਤਾ ਉਹ ਉੱਪਰ ਤਾਂ ਨਾਂ ਪਾਤਾ ਦੂਸਰੀ ਲੈਡੀ ਦਾ ਥੱਲੇ ਆ ਕੇ ਪਹਿਲੀ ਲੇਡੀ ਦਾ ਨਾਂ ਰਹਿ ਗਿਆ ਆਪਾਂ ਇੱਥੋਂ ਇੱਥੋਂ ਹੀ ਦੁਬਾਰਾ ਜਿਹੜੀ ਉਹ ਸਟਾਰਟ ਕਰਦੇ ਆ ਬਾਠ ਠੀਕ ਹੈ ਕਿ ਇਹਦਾ ਜਿਹੜਾ ਨਿਕਲੂਗਾ ਕੀ ਕੀ ਜਿਹੜੀ ਉਹ ਤਲਵਾਰ ਹੈ ਉਹ ਲਟਕਦੀ ਰਹੂਗੀ ਕੀ ਪੰਚਾਇਤੀ ਜਿਹੜੀਆਂ ਚੋਣਾ ਹੋਣਗੀਆਂ ਇਹ ਰੱਦ ਤਾਂ ਨਹੀਂ ਹੋ ਜਾਣਗੀਆਂ ਟੈਕਨੀਕਲ ਤੌਰ ਦੇ ਉੱਤੇ ਕੀ ਇਹਦੀ ਜਿਹੜੀ ਗਰਾਉਂਡ ਆ ਉਹ ਵਾਟਸਐਪ ਤੋਂ ਜਾਣਾਂਗੇ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਲਾਸਟ ਸੈਗਮੈਂਟ ਦੇ ਵਿੱਚ ਅਸੀਂ ਇਹਨੂੰ ਕੰਕਲੂਡ ਜਿਹੜਾ ਉਹ ਕਰਾਂਗੇ ਕਿ ਹੋਊਗਾ ਕੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਈਆਂ ਹੋਈਆਂ ਪਟੀਸ਼ਨਾਂ ਦਾ ਵਾਪਸ ਪਰਤ ਰਿਆ ਇਸ ਬ੍ਰੇਕ ਤੋਂ ਬਾਅ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਫਾਇਰ ਲਾਈਨ ਦੇ ਵਿੱਚ ਔਰ ਸਰਪੰਚੀ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉਹਨੂੰ ਲੈ ਕੇ ਜੋ ਇਸ ਵੇਲੇ ਕਮਾਸਾਨ ਜਿਹੜਾ ਦੀ ਉਹ ਮਚਿਆ ਹੋਇਆ ਕਿਵੇਂ ਜਿਹੜਾ ਦੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਚੋਇਸ ਦਾ ਜਿਹੜਾ ਦੀ ਸਾਰਾ ਕੁਝ ਮੰਗਾਇਆ ਜਾ ਰਿਹਾ ਉਹ ਕਹਿੰਦੇ ਦੀ ਪਿੱਠੇ ਹੋਏ ਜਿਹੜੇ ਆ ਦੀ ਉਹ ਭੁੱਕੀ ਨਹੀਂ ਚਾਹੀਦੀ ਟੋਡੇ ਲਿਆ ਕੇ ਦੋ ਪੀਸਾਂਗੇ ਆਪ दारू ਜਿਹੜੀ ਆ ਉਹ ਕਿਹੜੀ ਚਾਹੀਦੀ ਆ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ ਕਹਿੰਦੇ ਜਿਹੜੀ ਧੂਣੀ ਸੇਕੀ ਜਾ ਰਹੀ ਆ ਉਹਦੇ ਉੱਤੇ ਵੀ ਉਹ दारू ਥੋੜੀ ਜੀ ਪਾਉਂਦੇ ਜਰੋਂ ਅੱਗ ਜਿਹੜੀ ਉਹ ਘਟਦੀ ਆ ਮੁਫਤ ਦੀ ਆ ਤੋ ਇਸ ਕਰਕੇ ਕਿਵੇਂ ਡਿੱਗੇ ਹੋਏ ਗਲੀਆਂ ਦੇ ਵਿੱਚ ਜਿਹੜਾ ਦੀ ਉਹ ਦੇਖੇ ਜਾ ਸਕਦੇ ਆ ਇਹ ਜਲੂਸ ਜਿਹੜਾ ਦੀ ਉਹ ਸਰਪੰਚੀ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਐਸ ਵੇਲੇ ਨਿਕਲ ਰਿਹਾ ਹੈ ਔਰ ਇਹ ਗੱਲ ਵੱਡੇ ਪੱਧਰ ਦੇ ਉੱਤੇ ਰਹੀ ਬਾਦ ਸਾਹਿਬ ਨੇ ਇੱਕ ਬਹੁਤ ਵਧੀਆ ਪੁਆਇੰਟ ਜਿਹੜਾ ਦੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਉਭਾਰਿਆ ਸੀਗਾ ਕਿ ਉਹ ਲੋਕ ਜਿਹੜੇ ਲੋਕਾਂ ਦੇ ਉੱਤੇ ਹੁੰਦੇ ਜ਼ੁਲਮ ਦੇ ਵਾਸਤੇ ਅੜ ਜਾਂਦੇ ਸੀਗੇ 12 ਹੁੰਦੇ ਹਮਲਿਆਂ ਨੂੰ ਰੋਕਦੇ ਸੀਗੇ ਉਹ ਲੋਕ ਜਿਹੜੇ ਜੀ ਇਹਦਾ 파ਟ ਬਣੇ ਪਏ ਆ ਜਿੱਡੇ ਵੱਡੇ ਪੱਧਰ ਦੇ ਉੱਤੇ ਇਹ ਗੱਲ ਉੱਠਣੀ ਚਾਹੀਦੀ ਸੀ ਕਿ ਇਹ ਜਿਹੜਾ ਹਫਤਾ ਹੁੰਦਾ ਦਸੰਬਰ ਦਾ ਅਖੀਰਲਾ ਹਫਤਾ ਇਹ ਸ਼ਹੀਦੀਆਂ ਵਾਲਾ ਹਫਤਾ ਹੁੰਦਾ ਹੁਣੇ ਇਸਮਾਪਤ ਹੋ ਕੇ ਹਟੀ ਆ ਜਿਹੜੀ ਉਹ ਸਭਾ ਜਿੰਨੇ ਵੱਡੇ ਪੱਧਰ ਤੇ ਇਹ ਗੱਲ ਉੱਠਣੀ ਚਾਹੀਦੀ ਸੀ ਨਹੀਂ ਉੱઠી ਇਹ ਗੱਲ ਇਹ ਇਹਦਾ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਲੋਕ ਉਹਦਾ 파ਟ ਬਣ ਗਏ ਉਸ ਸਾਰੇ ਨਸ਼ਿਆਂ ਦਾ ਉਸ ਸਭ ਜਿਹੜੇ ਦੀ ਉਹ ਵਰਤਾਰੇ ਦਾ ਬਾਦਸਾਬ ਆਪਾਂ ਗੱਲ ਕਰ ਰਹੇ ਸੀ ਪਟੀਸ਼ਨ ਦੀ 48 ਘੰਟੇ ਦਿੱਤੇ ਸੀਗੇ ਪੰਜਾਬ ਰੈਨ ਹਾਈ ਕੋਰਟ ਨੇ ਉਹ ਕੀ ਪੁਆਇੰਟ ਸੀਗਾ ਤੇ ਕੀ ਉਹ ਫੁੱਲਫਿਲ ਕੀਤਾ ਸਰਕਾਰ ਨੇ ਉਸ ਤੋਂ ਪਹਿਲਾਂ ਜੀ ਮੈਂ ਜਰੂਰ ਜਿਹੜਾ ਤੁਸੀਂ ਕਮੈਂਟ ਕੀਤਾ ਨਾ ਕਿ ਸਾਡਾ ਸ਼ਹੀਦੀ ਹਫਤਾ ਜਿਹੜਾ ਸਾਡਾ ਔਰ ਉਸ ਸ਼ਹੀਦੀ ਹਫਤੇ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਜਿਹੜਾ ਖਰਾਬ ਹੈ ਸ਼ਰਾਬ ਦੇ ਦਰਿਆ ਵਗਦੇ ਦਰਿਆ ਵਗ ਰਹੇ ਆ ਮੈਂ ਜਿਹੜਾ ਸ਼ੁਰੂ ਤੋਂ ਸੁਣਿਆ ਕਿ ਇਸ ਸ਼ਹੀਦੀ ਹਫਤੇ ਦੇ ਦੌਰਾਨ ਜਿਹੜੇ ਲੋਕੀ ਥੱਲੇ ਥੱਲੇ ਜਿਹੜੇ ਇੰਨੀ ਰਿਸਪੈਕਟ ਦਿੰਦੇ ਸੀ ਇੰਨੀ ਰਿਸਪੈਕਟ ਸੀ ਔਰ ਖਾਣ ਪੀਣ ਵਾਲਾ ਤਾਂ ਕੰਮ ਹੀ ਤੁਸੀਂ ਬਹੁਤ ਟੂਰ ਦੀ ਗੱਲ ਸੀ ਪਰ ਉਹ ਸਾਰਾ ਕੁਝ ਭੁੱਲ ਕੇ ਮੈਂ ਇਹੀ ਕਹਿ ਰਿਹਾ ਸੀ ਕਿ ਸਾਡੀ ਪੰਜਾਬੀਅਤ ਜਿਹੜੀ ਸਾਡੀ ਆਣ-ਛਾਣ ਜਿਹੜੀ ਸਾਡੀ ਜਮੀਰ ਹੈ ਉਹ ਕਿੱਥੇ ਜਾ ਰਹੀ ਹੈ ਪਤਾ ਨਹੀਂ ਅਸੀਂ ਕਿਹੜੇ ਗੋਗੇ ਗਈ ਜਾਂਦੇ ਕਿਹਨੂੰ ਅਸੀਂ ਜਿਹੜਾ ਵਾ ਉਹ ਜਾ ਰਹੇ ਆ ਔਰ ਮੈਂ ਸਮਝਦਾ ਕਿ ਆਮ ਲੋਕਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਆਮ ਲੋਕ ਵੇਖੋ ਜਿਹੜਾ ਗਰੀਬ ਲੋਕ ਹੈ ਨਾ ਉਹਨੂੰ ਕੋਈ ਨਾ ਕੋਈ ਲੀਡ ਕਰੇ ਇੱਕ ਤੁਸੀਂ ਪਿੰਡ ਦਾ ਮਜ਼ਦੂਰ ਜੇ ਇੱਕ ਛੋਟਾ ਕਿਸਾਨ ਮਾਰਜਨਲ ਜਿਹੜਾ ਕਿਸਾਨ ਹੈ ਜੇ ਤੁਸੀਂ ਕਹੋ ਕਿ ਆਪਣੇ ਆਪ ਉੱਠ ਕੇ ਝੰਡਾ ਲੈ ਕੇ ਅੱਗੇ ਲੱਜੂਗਾ ਉਹ ਕਦੇ ਨਾ ਹੋਇਆ ਨਾ ਹੋਣਾ ਕੋਈ ਨਾ ਕੋਈ ਉਹਨੂੰ ਲੀਡ ਕਰਨ ਵਾਲਾ ਹੋਵੇ ਔਰ ਇੱਥੇ ਲੀਡ ਕਰਨ ਵਾਲੇ ਜਿਹੜੇ اپੋਜੀਸ਼ਨ ਆਪਣੇ ਆਪ ਨੂੰ ਕਹਾਉਂਦੇ ਨੇ ਉਹ ਤਾਂ ਘਰੇ ਸੌਂਗੇ ਨੇ ਹਾਂ ਲੰਮੀਆਂ ਤਾਣ ਕੇ ਸੌਂਗੇ ਨੇ ਕੋਈ ਬੋਲੇ ਨਹੀਂ ਉਹ ਬਾਹਰ ਨਿਕਲਣਾ ਸ਼ੁਰੂ ਹੈ ਜੀ ਮੈਂ ਮੈਂ ਮੰਨਫੀ ਨਹੀਂ ਕਰ ਰਹਾ ਲੋਕਾਂ ਦਾ ਵੀ ਹੈ ਕਿ ਲੋਕਾਂ ਨੂੰ ਕੱਟੋ-ਕੱਟ ਆਪਣੀ ਜਿਹੜੀ ਜ਼ਮੀਰ ਹੈ ਉਹ ਥੋੜੀ ਬਾਤ ਕਿਹੜੀ ਜ਼ਮੀਰ ਉਹ ਕਹਿੰਦੇ ਜੀ ਇਹ ਕਿ ਨਾ ਪਰ ਹੁਣੇ ਹੋ ਗਿਆ ਜੀ ਵੇਖੋ ਜੀ ਮੇਰੇ ਗਵਾਂਢੀ ਚਾਰ ਬੋਤਲਾਂ ਲੈ ਆਈਆਂ ਜੀ ਚੌਕ ਕੈਂਡੀਟਰਾਂ ਤੋਂ ਲੈ ਆਈਆਂ ਤੇ ਮੈਨੂੰ ਕੀ ਮਾ ਵੀ ਰੱਖ ਲਵਾਂ ਅੱਗੇ ਬਾਬਾ ਠੰਡ ਦਾ ਮੌਸਮ ਹੈ 10-15 ਦਿਨ ਜਿਹੜੇ ਆ ਉਹ ਮੇਰੇ ਨੰਗ ਜਾਣ ਉਹ 10-15 ਦਿਨ ਤੇ ਟਿਕ ਗਿਆ ਟਿਕ ਗਿਆ ਗੱਲ ਇੱਥੇ ਆ ਕੇ ਖੜੀ ਹੋ ਗਈ ਇਹ ਇਹ ਜਿਹੜੀ ਆ ਨਾ ਜਿਹੜੀ ਇਹ ਬੁਰਾਈ ਸਾਡੇ ਸਿਸਟਮ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਆਈ ਆ ਇਸ ਬਰਾਈ ਨੂੰ ਜਿਹੜਾ ਨਾ ਖੁੱਲ ਕੇ ਜਿੰਨਾ ਚਿਰ ਤੱਕ ਨਹੀਂ ਲੜਦੇ ਜਿੰਨਾ ਚਿਰ ਤੱਕ ਸਾਰੇ ਜਿਹੜੇ ਚੰਗੇ ਲੋਕ ਨੇ ਜਿਹੜੇ ਠੀਕ ਲੋਕ ਨੇ ਸਮਝਦੇ ਆ ਖੁੱਲ ਕੇ ਮੈਦਾਨ ਦੇ ਵਿੱਚ ਨਹੀਂ ਆਉਂਦੇ ਕਿ ਆਉ ਛੱਡਿਏ ਇਸ ਕੰਮ ਨੂੰ ਦੇਖੋ ਪਹਿਲਾਂ ਵੀ ਤਾਂ ਆਪ ਦੀ ਇੱਕ ਹਨੇਰੀ ਬਗੀ ਸੀ ਇਹੀ ਲੋਕ ਸੀ ਨਾ ਜਿਨ੍ਹਾਂ ਨੇ दारू ਵਾਲਾ ਸਿਸਟਮ ਨਹੀਂ ਕੀਤਾ ਉਹ ਜਿਨੇ ਕੀਤਾ ਛੱਡ ਦਿੱਤਾ ਵੀ ਨਹੀਂ ਸਾਫ਼ ਸੁਥਰੀ ਇਲੈਕਸ਼ਨ ਲੜਨੀ ਆ ਲੋਕ ਪਿੱਛੇ ਅੱਗੇ ਲੱਗੇ ਕਰਦੇ ਤੇ ਉਹਦਾ ਹੀ ਪਾਰਟ ਬਣ ਗਏ ਆ ਕੇ ਬੜ ਗਏ ਨਾ ਲੋਕ ਲੱਗੇ ਨਾ ਕਿ ਸਾਰਾ ਕੁਝ ਹੋਇਆ ਨਾ ਜਦੋਂ ਲੋਕਾਂ ਨੂੰ ਦਿਸਦਾ ਹੈ ਕਿ ਕੁਝ ਨਾ ਕੁਝ ਜਿਹੜਾ ਪੋਸੀਬਲ ਹੈ ਤੇ ਲੋਕ ਸਾਥ ਦਿੰਦੇ ਨੇ ਹਾਂ ਹੁਣ ਇੱਕ ਪੀਟੀਸ਼ਨ ਦੀ ਮੈਂ ਗੱਲ ਕਰ ਰਿਹਾ ਸੀ ਪੀਟੀਸ਼ਨ ਤਿਆਰ ਹੈ ਸਰਕਾਰ ਨੇ ਕੋਈ ਫੁਲਫਿਲ ਕੀਤਾ ਮੈਂ ਮੈਂ ਆ ਰਿਹਾ ਉਸੇ ਗੱਲ ਤੇ ਇਹਦੇ ਵਿੱਚ ਜਿਹੜਾ ਹੁਣ ਬਹੁਤ ਸਾਰੇ ਜਿਹੜੇ ਕੇਸ ਲੱਗੇ ਸੀ ਔਰ ਦੋ ਜੱਜ ਸਾਹਿਬਾਨ ਜਿਹੜੇ ਛੁੱਟੀਆਂ ਦੇ ਵਿੱਚ ਬੈਠੇ ਉਹਨਾਂ ਨੇ ਕਿਉਂਕਿ ਦੇਖੋ ਜੱਜ ਸਾਹਿਬ ਜਿਹੜੇ ਆ ਉਹ ਇਹ ਤਾਂ ਨਹੀਂ ਹੈ ਕਿ ਬਿਲਕੁਲ ਹੀ ਬੋਲੇ ਨੇ ਜਾਂ ਉਹ ਕੁਝ ਵੇਖਦੇ ਨਹੀਂ ਹੈ ਜੋ ਆਲੇ-ਦੁਆਲੇ ਹੋ ਰਿਹਾ ਪੜਦੇ ਨੇ ਨਾ ਅਖਬਾਰਾਂ ਦੇ ਵਿੱਚ ਵੀ ਪੜ ਰਿਹਾ ਉਹ ਸਾਰਾ ਓਪਨਲੀ ਆ ਰਿਹਾ ਮੀਡੀਆ ਤੇ ਵੀ ਆ ਰਿਹਾ ਸੋਸ਼ਲ ਮੀਡੀਆ ਤੇ ਵੀ ਆ ਰਿਹਾ ਦਿਖ ਰਹੇ ਨੇ ਦੇ ਆਰ ਆਲਸੋ ਹਿਊਮਨ ਬੀਇੰਗ ਉਹਨਾਂ ਨੇ ਇਸ ਗੱਲ ਦਾ ਜਿਹੜਾ ਸਖਤ ਨੋਟਿਸ ਲੈ ਕੇ ਵੀ ਇਹ ਜੋ ਵੀ ਜਿਹੜੀਆਂ ਵਾਧੇ ਹੋ ਰਹੇ ਨੇ ਜੋ ਵੀ ਗਲਤ ਗੱਲਾਂ ਹੋ ਰਹੀਆਂ ਨੇ ਕਾਗਜ਼ ਰੱਦ ਕਰਕੇ ਕਾਗਜ਼ ਨਾ ਲੈ ਕੇ ਇਹ ਜਿਹੜੇ ਕੈਂਡੀਡੇਟ ਆਏ ਨੇ ਹਾਈ ਕੋਰਟ ਜਾਂ ਜਿਹੜੇ ਨਹੀਂ ਆ ਸਕੇ ਮੈਂ ਤੇ ਦੱਸਿਆ ਨਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨਹੀਂ ਆ ਸਕੀ ਸੈਂਕੜਿਆਂ ਦੀ ਗਿਣਤੀ ਚਾਏ ਹਮ ਹਜ਼ਾਰਾਂ ਦੀ ਗਿਣਤੀ ਚ ਨਹੀਂ ਹੈ ਤਾਂ ਹਾਈ ਕੋਰਟ ਨੇ ਜਿਹੜਾ ਇਹ ਆਰਡਰ ਪਾਸ ਕੀਤਾ ਮੈਂ ਇਹ ਵੀ ਦੱਸ ਦਵਾਂ ਇਹ ਜਿੱਡਾ ਵੱਡਾ ਸਖਤ ਆਰਡਰ ਪਾਸ ਕੀਤਾ ਹੈ ਨਾ ਇਹ ਹਿੰਦੁਸਤਾਨ ਦੀ ਜਿਹੜੀ ਐ ਜਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਦੇ ਇਤਿਹਾਸ ਨਹੀਂ ਹੋਇਆ ਨਹੀਂ ਹੋਇਆ ਨਹੀਂ ਕਦੇ ਨਹੀਂ ਹੋਇਆ ਮੈਂ ਦੱਸਿਆ ਨਾ ਪਟੀਸ਼ਨਾਂ ਆਈਆਂ ਇਹ ਤੁਹਾਡਾ ਸਪੋਰਟ ਬਿਲਕੁਲ ਸਪੋਰਟਿਸ਼ਨ ਐ ਇਸ ਤੋਂ ਵੱਧ ਆਈਆਂ ਇਸ ਤੋਂ ਵੱਧ ਆਈਆਂ ਪਰ ਇਹ ਇਹੋ ਜਿਹਾ ਆਰਡਰ ਕਦੇ ਪਾਸ ਨਹੀਂ ਨਹੀਂ ਹੋਇਆ ਜਿਨ੍ਹਾਂ ਇਹ ਆਰਡਰ ਜਿਹੜਾ ਵਾ ਉਹ ਅਫੈਕਟਿਵ ਆਰਡਰ ਪਾਸ ਕੀਤਾ ਉਹਦੇ ਵਿੱਚ ਉਹਨਾਂ ਕੀ ਕਿਹਾ ਕਿ ਜਿਹੜੇ ਵੀ ਕਾਗਜ਼ ਰੱਦ ਕੀਤੇ ਗਏ ਨੇ ਜਾਂ ਜਿਹੜੀਆਂ ਵੀ ਲੋਕਾਂ ਦੀ ਗ੍ਰੀਵੈਂਸਸ ਨੇ ਸ਼ਿਕਾਇਤਾਂ ਨੇ ਉਹ ਆਪ ਦਾ ਲਿਖ ਕੇ ਦੇਣਗੇ ਡੀਸੀ ਨੂੰ ਤੇ ਉਹਨਾਂ ਦਾ ਨਿਪਟਾਰਾ ਉਹਨਾਂ ਨੂੰ ਜੁਆਇਨ ਕਰਕੇ ਉਹਨਾਂ ਨੂੰ ਸੁਣ ਕੇ ਜੁਆਇਨ ਕਰਨ ਦਾ ਮਤਲਬ ਵੀ ਉਹਨਾਂ ਨੂੰ ਸੁਣ ਕੇ ਉਹਨਾਂ ਦੀ ਗੱਲ ਸੁਣ ਕੇ ਉਹਦਾ ਨਿਪਟਾਰਾ ਜਿਹੜਾ ਵਾ 48 ਘੰਟੇ ਦੇ ਵਿੱਚ ਵਿੱਚ ਕੀਤਾ ਜਾਣਾ ਚਾਹੀਦਾ ਇਹੋ ਜਿਹਾ ਅੱਡ ਜਿਹੜਾ ਵਾ ਕਦੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਇੱਕ ਐਕਸਟਰਾ ਆਰਡੀਨਰੀ ਜਿਹੜਾ ਆਰਡਰ ਹੈ ਉਹ ਹੋਇਆ ਜਿਹਦੇ ਵਿੱਚ ਇੱਕ ਪੰਜਾਬ ਮੈਂ ਕਹਾਂਗਾ ਕਿ ਹਿੱਲ ਗਿਆ ਪੰਜਾਬ ਦੀ ਸਿਆਸਤ ਜਿਹੜੀ ਹੈ ਜਿਹੜੇ ਸੱਤਾ ਤੇ ਬੈਠੇ ਲੋਕ ਨੇ ਸਾਰੀ ਅਫਸਰਸਾਈ ਜਿਹੜੀ ਹੈ ਜਿਹਨਾਂ ਕਰਕੇ ਮੀਡੀਆ ਨਾਲ ਤਲਵਾਰ ਲਟਕਦੀ ਰਹੀ ਵੀ ਵੋਟਾਂ ਪੈਣਗੀਆਂ ਨਹੀਂ ਪੈਣਗੀਆਂ ਵੀ ਇਸੇ ਕਰਕੇ ਮੈਂ ਦੱਸ ਜਦੋਂ ਵੇਖਿਆ ਪੰਜਾਬ ਗਵਰਨਮੈਂਟ ਨੇ ਕਿ ਇਹ ਤਾਂ ਕੀ ਹੋ ਗਿਆ ਕੀ ਕਰਾਂਗੇ ਤੇ ਅਗਲੇ ਦਿਨੀ ਉਹਨਾਂ ਨੇ ਜਿਹੜੀ ਰਿਵਿਊ ਐਪਲੀਕੇਸ਼ਨ ਪਾ ਦਿੱਤੀ ਹਾਈ ਕੋਰਟ ਦੇ ਵਿੱਚ ਕਿ ਇਹ ਆਰਡਰ ਜਿਹੜਾ ਵਾ ਇਹ ਆਰਡਰ ਗਲਤ ਪਾਸ ਹੋ ਗਿਆ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਆਰਡਰ ਪਾਸ ਨਹੀਂ ਹੋ ਸਕਦਾ ਇਲੈਕਸ਼ਨ ਪ੍ਰੋਸੈਸ ਅਸੀਂ ਸਟੇ ਨਹੀਂ ਕਰ ਸਕਦੇ ਤੇ ਜਿਹੜੇ ਲੋਕ ਆਏ ਨਹੀਂ ਹਾਈ ਕੋਰਟ ਹੀ ਉਹਨਾਂ ਦੇ ਹੱਕ 'ਚ ਵੀ ਆਰਡਰ ਪਾਸ ਕਰ ਵਟਸਐਪ ਟਾਈਮ ਉਹਨਾਂ ਦਾ ਰਜਿਸਟਰ ਮੈਂ ਉਹ ਉਹ ਜਿਹੜਾ ਆਰਡਰ ਪਾਸ ਕਰ ਉਹ ਵੀ ਸਰਕਾਰ ਦੀ ਜਿਹੜੀ ਪਟੀਸ਼ਨਸ ਪਾਈ ਸੀ ਉਹਨਾਂ ਨੇ ਉਹ ਰਿਜੈਕਟ ਹੋ ਗਈ ਪਰ ਫਿਰ ਵੀ ਇਸ ਆਰਡਰ ਪਾਸ ਹੋਣ ਦੇ ਬਾਵਜੂਦ ਵੀ ਜਿਹੜੀ ਬਿਊਰੋਕ੍ਰੇਸੀ ਪੂਰੀ ਸੀ ਉਹਨਾਂ ਨੇ ਲੋਕਾਂ ਨੂੰ ਕੋ ਰਿਲੀਫ ਨਹੀਂ ਦਿੱਤਾ ਹੂੰ ਉਹਨਾਂ ਨੇ ਕਹਿਤਾ ਨਹੀਂ ਆਰਓ ਨੇ ਪਹਿਲਾ ਆਰਡਰ ਪਾਸ ਕਰ ਦਿੱਤਾ ਸੀ ਗਲਤੀਆਂ ਹੋਈਆਂ ਨੇ ਸਾਰਾ ਕੁਝ ਹੋਇਆ ਵਿੱਚ ਕਈਆਂ ਦੇ ਲਿਖਿਆ ਵੀ ਗਿਆ ਕਿ ਹਾਂ ਜਿਹੜਾ ਵਾ ਇਹ ਇਸ ਤਰ੍ਹਾਂ ਦੀ ਜਿਹੜੀਆਂ ਇਰੈਗੂਲਰਿਟੀਜ਼ ਹੋਈਆਂ ਨੇ ਪਰ ਕਿਉਂਕਿ ਆ ਆਰਓ ਨੇ ਪਹਿਲਾ ਜਿਹੜਾ ਆਰਡਰ ਹੈ ਉਹ ਪਾਸ ਕਰ ਦਿੱਤਾ ਵਾ ਇਸ ਕਰਕੇ ਹੁਣ ਅਸੀਂ ਰਿਵਿਊ ਨਹੀਂ ਕਰ ਸਕਦੇ ਹੈ ਐਸ ਕਰਕੇ ਉਹ ਸਾਰਾ ਸਾਰਾ ਜਿਹੜਾ ਇੰਪੈਕਟ ਹੈ ਹੁਣ 7 ਤਰੀਕ ਨੂੰ ਮੋਸਟਲੀ ਜਿਹੜੀ ਸੁਣਵਾਈ ਹੋਣੀ ਹੈ ਕੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਮੈਂ ਬਰੀਫ ਦੇ ਵਿੱਚ ਦੱਸਣਾ ਜੀ ਮਤਲਬ ਕਿ ਕਿ ਇਹ ਜਿਹੜੀਆਂ ਚੋਣਾਂ ਹੋਈਆਂ ਨੇ ਇਹ ਰੱਦ ਹੋ ਸਕਦੀਆਂ ਨੇ ਕੋਈ ਇਦਾਂ ਦਾ ਤਾਂ ਨਹੀਂ ਹੈ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਾਨੂੰਨ ਇਹ ਹੈਗਾ ਕਿ ਜਿਹੜਾ ਇੱਕ ਇਲੈਕਸ਼ਨ ਪ੍ਰੋਸੈਸ ਹੈ ਨਾ ਉਹਨੂੰ ਤੁਸੀਂ ਸਟਾਪ ਨਹੀਂ ਕਰ ਸਕਦੇ ਚੋਣਾ ਰੱਦ ਹੋਣ ਦੀਆਂ ਜਿਹੜੀਆਂ ਵਾ ਕੋਈ ਵੀ ਰਿਮੋਟ ਨਹੀਂ ਮਤਲਬ ਕਿ ਇਹ ਇਹ ਤਾਂ ਨਹੀਂ ਹੋਦਾ ਕਿ ਨੈਲ ਇਨਵੋਲਡ ਹੋ ਜਾ ਨਹੀਂ ਨਹੀਂ ਹੁੰਦੀ ਨਹੀਂ ਕਰ ਸਕਦੇ ਹੁਣ ਇੱਕੋ ਹੀ ਜਿਹੜਾ ਆਲਟਰਨੇਟਿਵ ਜਿਹੜਾ ਕੈਂਡੀਡੇਟ ਜਿਹੜੇ ਜਿਹੜੇ ਲੋਕ ਨਹੀਂ ਉਹਨਾਂ ਕੋਈ ਇੱਕੋ ਹੀ ਹੈ ਕਿ ਉਹ ਜਦੋਂ ਇਲੈਕਸ਼ਨ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਦੋ ਨਕ ਆਪਸ਼ਨ ਹੈ ਇੱਕ ਤਾਂ ਅਸੀਂ ਕੰਟੈਂਪਟਿਵ ਪਟੀਸ਼ਨ ਪਾਵਾਂਗੇ ਕਿ ਜਿਹੜਾ ਹਾਈ ਕੋਰਟ ਨੇ ਆਰਡਰ ਕੀਤਾ ਵਾ ਜਿਹੜੇ ਆਫਸਰ ਸੀ ਉਹਨਾਂ ਨੇ ਉਹਨੂੰ ਕੰਪਲਾਈ ਨਹੀਂ ਕੀਤਾ ਉਸ ਆਰਡਰ ਨੂੰ ਮੰਨਿਆ ਨਹੀਂ ਇਸ ਕਰਕੇ ਇਹਨਾਂ ਆਫਸਰਜ਼ ਨੂੰ ਜਿਹੜੀਆਂ ਸਜ਼ਾ ਹੋਣੀ ਚਾਹੀਦੀ ਹੈ ਕੋਰਟ ਜਿਹੜੀ ਬਲਾਕ ਕੀ ਉਹਨਾਂ ਨੂੰ ਸਜ਼ਾ ਦੇਵੇ ਇੱਕ ਤਾਂ ਇਹ অপਸ਼ਨ ਹੈ ਦੂਸਰਾ ਹੈ ਕਿ ਜਦੋਂ ਇਲੈਕਸ਼ਨ ਪ੍ਰੋਸੈਸ ਜਿਹੜਾ ਖਤਮ ਹੋ ਗਿਆ ਉਸ ਤੋਂ ਬਾਅਦ ਉਹਨਾਂ ਕੋਲ ਰਾਈਟ ਹੋਏਗਾ ਕਿ ਇਹ ਇਲੈਕਸ਼ਨ ਗਲਤ ਤਰੀਕੇ ਨਾਲ ਹੋਈ ਹੈ ਕਰਪਟ ਪ੍ਰੈਕਟਿਸਿਜ਼ ਅਡਾਪਟ ਕੀਤੀਆਂ ਗਈਆਂ ਗਲਤ ਕਾਗਜ਼ ਰੱਦ ਕੀਤੇ ਗਏ ਗਲਤ ਤਰੀਕੇ ਨਾਲ ਇਸ ਕਰਕੇ ਉਹ ਇਲੈਕਸ਼ਨ ਪਟੀਸ਼ਨ ਜਿਹੜੀ ਉਹ ਪਾ ਸਕਦੇ ਆ ਡੀਸੀ ਦੇ ਕੋਲੇ ਪਰ ਉਹ ਇਲੈਕਸ਼ਨ ਪਟੀਸ਼ਨ ਜਿਹੜੀ ਹੈ ਉਹ 5 ਸਾਲ ਲੱਗ ਜਾਂਦੇ ਨੇ ਸਿਸਟਮ ਸਾਡਾ ਇਹੋ ਜਿਹਾ ਕੁਝ ਨਹੀਂ ਹੋਣਾ ਕਿਸੇ ਦੇ ਵਿੱਚ ਮੈਂ ਅਜੇ ਤੱਕ ਨਹੀਂ ਵੇਖਿਆ ਕਿ ਕਿਤੇ ਇੱਕ ਵੀ ਪਟੀਸ਼ਨ ਜਿਹੜੀ ਹੈ ਉਹ ਆਈ ਹੋਵੇ ਇਲੈਕਸ਼ਨ ਪਟੀਸ਼ਨ ਪਾਈ ਹੋਵੇ ਕਿ ਚੋਣ ਗਲਤ ਰੱਦ ਹੋਈ ਹੈ ਉਹਨੂੰ ਰੱਦ ਕਰਕੇ ਤੇ ਕਿਸੇ ਨੂੰ ਰਿਲੀਫ ਦਿੱਤਾ ਕਿਉਂਕਿ ਸਿਸਟਮ ਸਾਡੇ ਦੇ ਵਿੱਚ 7-7 ਲੰਘ ਜਾਂਦੇ ਨੇ ਕਹ ਰਾਜੀ ਅਮਰਿੰਦਰ ਦੀ ਜਿਹੜੀ ਇੱਕ ਪਟੀਸ਼ਨ ਉਹਦੀ ਇਲੈਕਸ਼ਨ ਚੈਲੰਜ ਕੀਤਾ 2002 ਦੀ ਹਾਈ ਕੋਰਟ ਪਈ ਹੈ ਅਜੇ ਤੱਕ ਪੈਂਡਿੰਗ ਹੈ ਹੁਣ ਜੇ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦਾ ਹਸਾਬ ਹੈ ਤੇ ਥੱਲੇ ਵਾਲੇ ਤਾਂ ਜਿਹੜੇ ਨਿਕਲ ਜਾਂਦੇ ਨੇ ਇਸ ਕਰਕੇ ਕੋਈ ਅਫੈਕਟਿਵ ਭਾਵੇਂ ਹਾਈ ਕੋਰਟ ਨੇ ਔਨਰੇਬਲ ਹਾਈ ਕੋਰਟ ਨੇ ਬਹੁਤ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਗਿਵਰ ਸਿਚੁਏਸ਼ਨ ਮੈਂ ਦੱਸਿਆ ਰੀਲੀਫ ਦਿੱਤੀ ਹਾਂ ਜਿੰਨਾ ਵੀ ਵੱਧ ਤੋਂ ਵੱਧ ਰੀਲੀਫ ਦੇ ਸਕਦੀ ਸੀ ਹਾਈ ਕੋਰਟ ਉਹਨਾਂ ਨੇ ਦਿੱਤੀ ਆ ਪਰ ਉਹ ਲੋਕਾਂ ਨੂੰ ਜਿਹੜਾ ਵਾ ਉਹ ਮਤਲਬ ਉਹ ਕੰਮ ਨਹੀਂ ਆਈ ਹੈ ਅਫਸਰ ਸਿਆਹੀ ਜਿਹੜੀ ਹੈ ਉਸੇ ਦੀ ਉਸੇ ਤਰ੍ਹਾਂ ਨਾਲ ਖੜੀ ਗਈ ਸਿਆਸੀ ਦਬਾਅ ਉਹਨਾਂ ਦੇ ਉੱਤੇ ਪਿਆ ਰਿਹਾ ਕਿ ਕੁਝ ਇੰਟਰਨੈਟ ਨਹੀਂ ਕਰਨਾ ਅਸੀਂ ਆਪੇ ਦੇਖ ਲਾਂ ਬਾਦ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਆਏ ਔਰ ਬੜੀ ਵਿਸਥਾਰ ਦੇ ਵਿੱਚ ਸਾਰਾ ਕੁਝ ਜਿਹੜਾ ਦੱਸਿਆ ਵੀ ਇਹ ਹੋ ਕੀ ਰਿਹਾ ਇਸ ਵੇਲੇ ਬਹੁਤ ਧੰਨਵਾਦ ਕਰਦਾ ਹੈ ਬਹੁਤ ਹੀ ਰੈਲੇਵੈਂਟ ਆ ਪੰਜਾਬ ਦੇ ਲਈ ਥੈਂਕ ਯੂ ਜੀ ਥੈਂਕ ਯੂ ਹਰਜਨ ਸਿੰਘ ਬਾਟ ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਔਰ ਉਹ ਇੱਕ ਕਿਸਮ ਦੇ ਨਾਲ ਧਿਰ ਬਣੇ ਨੇ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਦੀ ਸੁਣਵਾਈ ਕੋਈ ਨਹੀਂ ਹੋਈ ਉਹ ਪਿੰਡ ਦੇ ਵਿੱਚ ਆਉਣਾ ਚਾਹੁੰਦੇ ਸੀ ਹਾਲਾਤ ਇਹ ਬਣ ਗਏ ਕਿ ਇੱਕ ਪਿੰਡ ਚੱਕਰ ਜਿਹਦੇ ਵਿੱਚ ਪ੍ਰਵਾਸੀ ਜਿਹੜੇ ਸੀ ਸਿੱਧੂ ਪਰਿਵਾਰ ਸੀ ਉਹਨੇ ਬਹੁਤ ਵੱਡਾ ਰੋਲ ਨਿਭਾਇਆ ਕਰੋੜਾਂ ਰੁਪਏ ਲਾਤੇ ਪਿਛਲੇ ਸਾਲਾਂ ਤੋਂ ਲਗਾਤਾਰ ਸਰਬਸੰਮਤੀ ਹੁੰਦੀ ਰਹੀ ਪਿੰਡ ਬੈਂਦਾ ਤੇ ਇੱਕ ਬੰਦੇ ਨੂੰ ਚੁਣਨ ਦਾ ਵੀ ਐਦ ਕੀ ਜ਼ਿੰਮੇਵਾਰੀ ਇਹ ਸੰਭਾਲੋ ਉੱਥੇ ਵੀ ਸਿਆਸਤ ਆਣ ਬੜੀ ਚਾਰ ਬੰਦੇ ਉੱਥੇ ਵੀ ਖੜੋਗੇ ਇਹ ਹਾਲਾਤ ਪੰਜਾਬ ਦੇ ਪਿੰਡਾਂ ਦੇ ਬਣ ਗਏ ਪੰਜਾਬ ਵਸਦਾ ਰਹੇ ਅਸੀਂ ਉਹ ਸੋਚ ਵਾਲੇ ਆ ਕਿ ਪੰਜਾਬ ਦੇ ਵਿੱਚ ਦੁਸ਼ਮਣੀਆਂ ਨਾ ਪੈਣ ਪੰਜਾਬ 'ਚ ਸਿਰ ਨਾ ਪਾਟਣ ਪੰਜਾਬ 'ਚ ਗੋਲੀਆਂ ਨਾ ਚੱਲਣ ਇਹੀ ਦੁਆਗੋ ਹੈ ਜੀ ਇਹਦੇ ਵਾਸਤੇ ਇਹਦੇ ਵਾਸਤੇ ਆਮ ਲੋਕਾਂ ਨੂੰ ਉੱਠਣਾ ਪਊਗਾ ਪਰ ਪ੍ਰਵਾਸੀ ਬਹੁਤ ਵੱਡਾ ਰੋਲ ਨਿਭਾ ਸਕਦੇ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਕਮ ਸੇ ਕਮ ਸਮਝਾਓ ਇਹਨਾਂ ਲੋਕਾਂ ਨੂੰ ਕਿ ਕਿਸ ਪਾਸੇ ਵੱਲ ਨੂੰ ਜੜਾ ਦੀ ਉਤਰ ਪਏ ਨੇ ਪ੍ਰੋਗਰਾਮ ਵੇਖਣ ਤੇ ਸੁਣਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਤਦ ਤੱਕ ਲਈ ਇਜਾਜ਼ਤ ਦਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ